ਮੋੜਨ ਵਾਲੇ ਬੇਲੀ ਮੁੱਖ ਤੂਫਾਨਾਂ ਦੇ ਹੁੰਦੇ ਨਹੀਂ ਸ਼ਦਾਈ ਝੂਠੀਆਂ ਸ਼ਾਨਾਂ ਦੇ ਮੋੜਨ ਵਾਲੇ ਬੇਲੀ ਮੁੱਖ ਤੂਫਾਨਾਂ ਦੇ ਹੁੰਦੇ ਨਹੀਂ ਸ਼ਦਾਈ ਝੂਠੀਆਂ ਸ਼ਾਨਾਂ ਦੇ ਸੋਚ ਸਮਝ ਕੇ ਆਖੀ ਜੋ ਵੀ ਕਹਿਣਾ ਏ ਵਾਪਸ ਕਦੇ ਨਹੀਂ ਮੁੜਦੇ ਤੀਰ ਕਮਾਨਾਂ ਦੇ ਕੀ ਹਾਲ ਪੁੱਛਦੇ ਹੋ ਗਰੀਬ ਨਿਮਾਣੇ ਦਾ ਖਾਨ ਪਰਾਉਣੇ ਹੁੰਦੇ ਨੇ ਸਦਾ ਖਾਨਾਂ ਦੇ ਸ਼ਮਲੇ ਉੱਚੇ ਹੁੰਦੇ ਅਣਖਾਂ ਵਾਲਿਆਂ ਦੇ ਸ਼ੀਸ਼ ਕਦੇ ਨਹੀਂ ਚੁੱਕਦੇ ਸ਼ੇਰ ਜਵਾਨਾਂ ਦੇ ਸ਼ੀਸ਼ ਕਦੇ ਨਹੀਂ ਚੁੱਕਦੇ ਸ਼ੇਰ ਜਵਾਨਾਂ ਦੇ ਬਹੁਤ ਹੀ ਵਧੀਆ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਅੱਜ ਵੀ ਕਰਾਂਗੇ ਜੀ ਗੱਲਾਂ ਬਾਤਾਂ ਹਮੇਸ਼ਾ ਦੀ ਤਰ੍ਹਾਂ ਕੋਈ ਨਾ ਕੋਈ ਵਿਸ਼ਾ ਲੈ ਕੇ ਪਰ ਉਸ ਤੋਂ ਪਹਿਲਾਂ ਅਸੀਂ ਦੁੱਖ ਪ੍ਰਗਟ ਕਰਦੇ ਹਾਂ ਕੋਈ ਵੀ ਕੁਦਰਤੀ ਅਣਹੋਣੀ ਹੁੰਦੀ ਹੈ ਚਾਹੇ ਕੋਈ ਕਿਤੇ ਵੀ ਹੁੰਦੀ ਹੈ ਤਾਂ ਸਾਡਾ ਫਰਜ਼ ਬਣਦਾ ਦੁੱਖ ਪ੍ਰਗਟ ਕਰਨ ਦਾ ਫਲੋਰੀਡਾ ਦੇ ਵਿੱਚ ਇੱਕ 12 ਮੰਜ਼ਲੀ ਇਮਾਰਤ ਜਿਹੜੀ ਡਿੱਗੀ ਹੈ ਜੀ ਉਹਦੇ 'ਚੋਂ 102 ਘਰ ਸੀਗੇ ਅਤੇ 100 ਕੁ ਬੰਦਾ ਇੱਕ ਦੀ ਡੈਥ ਹੋ ਗਈ ਹੈ 100-99 ਕੁ ਲਾਪਤਾ ਨੇ ਅਤੇ ਲਾਪਤਾ ਦੀ ਵੀ ਕਹਿੰਦੇ ਬਹੁਤ ਘੱਟ ਸੰਭਾਵਨਾ ਹੈਗੀ ਆ ਬਚਣ ਦੀ ਸੋ ਦੁੱਖ ਪ੍ਰਗਟ ਕਰਦੇ ਹਾਂ ਜੀ ਇਹੋ ਜਿਹੀਆਂ ਘਟਨਾਵਾਂ ਅਤੇ ਕਿਹਾ ਇਹ ਜਾਂਦਾ ਵੀ ਉੱਥੇ ਸਮੁੰਦਰ ਨੇੜੇ ਪੈਂਦਾ ਅਤੇ ਸਟੀਲ ਜਿਹੜੀ ਬਿਲਡਿੰਗਾਂ ਦੇ ਵਿੱਚ ਹੈਗੀ ਆ ਉਹ ਹੌਲੀ ਹੌਲੀ ਉਹਦੀ ਪਤਾ ਨਹੀਂ ਕੋਈ ਕੈਮੀਕਲ ਹੈਗਾ ਨੇੜੇ ਹੁੰਦਾ ਅਤੇ ਉਹ ਕੈਮੀਕਲ ਦੇ ਨਾਲ ਬਿਲਡਿੰਗਾਂ ਦੀ ਸਟੀਲ ਜਿਹੜੀ ਹੈ ਉਹ ਬਹਿ ਗਈ ਅਤੇ ਇਸ ਕਰਕੇ ਇਹ ਬਿਲਡਿੰਗ ਜਿਹੜੀ ਆ ਰਾਤ ਨੂੰ 2 ਵਜੇ ਇਹ ਇਕਦਮ ਹੀ ਕੋਲੈਪਸ ਹੋ ਗਈ ਥੱਲੇ ਵੀ ਜਿੱਦਾਂ ਬਹਿੰਦੀ ਹੁੰਦੀ ਆ ਵਾਟਰ ਏਡ ਸੈਂਟਰ ਦਾ ਵੀ ਦੇਖਿਆ ਹੋਇਆ ਸਾਡੇ ਦਰਸ਼ਕਾਂ ਨੇ ਉਹ ਵੀ ਇੱਦਾਂ ਹੀ ਸਟੀਲ ਦੀਆਂ ਜਿਹੜੇ ਗਾਡਰ ਸੀਗੇ ਉਹ ਪਿੰਗਲ ਗਏ ਅਤੇ ਇਕਦਮ ਥੱਲੇ ਬੈਠ ਗਈ ਅੱਛਾ ਹੁਣ ਇੱਕ ਦੋ ਖਬਰਾਂ ਸਾਂਝੀਆਂ ਕਰਕੇ ਫਿਰ ਵਿਸ਼ੇ ਵੱਲ ਚੱਲਾਂਗੇ ਇੱਕ ਤਾਂ ਇਹ ਹੈ ਕਿ ਅੰਗਹੀਣ ਖਿਡਾਰੀ ਹੈਂਡੀਕੈਪ ਪਲੇਅਰ ਜਿਹੜੇ ਉਹ ਪੁਲਿਸ ਵਾਲਿਆਂ ਨੇ ਸੜਕਾਂ 'ਤੇ ਘੜੀਸੇ ਬੜੀ ਹੀ ਮਾੜੀ ਖਬਰ ਹੈ ਮੰਦਭਾਗੀ ਖਬਰ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਮੁਆਫ਼ੀ ਮੰਗ ਲਈ ਹੈ ਅਤੇ ਪੁਲਿਸ ਦੇ ਵਤੀਰੇ ਨੂੰ ਗਲਤ ਦੱਸਿਆ ਪਰ ਸੋਚਣ ਵਾਲੀ ਗੱਲ ਇਹ ਹੈ ਵੀ ਕਿਹੜਾ ਇਹੋ ਜਿਹਾ ਬੰਦਾ ਹੈਗਾ ਭਾਰਤ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਜਿਹਨੂੰ ਪੁਲਿਸ ਨਹੀਂ ਘੜੀਸਦੀ ਮਾਸਟਰਾਂ ਦੀ ਗੱਲ ਕਰ ਲਓ ਮਾਸਟਰ ਕਹਿੰਦੇ ਜੀ ਸਾਡੇ ਸਮਾਜ ਦਾ ਇੱਕ ਘਾੜਾ ਹੁੰਦੇ ਨੇ ਸਮਾਜ ਨੂੰ ਘੜਨ ਵਾਲੇ ਹੁੰਦੇ ਨੇ ਸਮਾਜ ਦੀ ਨੀਂਹ ਪੱਥਰ ਰੱਖਣ ਵਾਲੇ ਹੁੰਦੇ ਨੇ ਅਤੇ ਸਾਡੇ ਮਾਸਟਰਾਂ ਦੇ ਵੀ ਉਹੀ ਡਾਂਗਾ ਫਿਰਦੀਆਂ ਨੇ ਅਤੇ ਪਲੇਅਰਾਂ ਦੇ ਵੀ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਪਲੇਅਰ ਉਹ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹ ਵੀ ਨਹੀਂ ਬਖਸ਼ੇ ਅਤੇ ਸੇਫ ਉੱਥੇ ਕੌਣ ਹੈ ਇਹ ਆਪਾਂ ਨੂੰ ਪਤਾ ਹੀ ਹੈ ਕੋਈ ਵੀ ਉੱਥੇ ਸੇਫ ਨਹੀਂ ਹੈਗਾ ਜਿਹੜੇ ਲੀਡਰ ਹੈਗੇ ਨੇ ਉਹ ਜਿੱਦਾਂ ਚਾਹੁੰਦੇ ਨੇ ਉੱਦਾਂ ਹੁੰਦੀ ਆ ਬਾਕੀ ਆਮ ਜਨਤਾ ਦਾ ਬੁਰਾ ਹਾਲ ਹੈਗਾ ਹੀ ਹੈਗਾ ਮਾਸਟਰਾਂ ਦੀ ਗੱਲ ਕਰੀਏ ਤਾਂ ਮੈਂ ਕਿਤੇ ਪੜ੍ਹ ਰਿਹਾ ਸੀਗਾ ਕੋਈ ਟੀਚਰ ਜਿਹੜਾ ਉਹ ਕਿਸੇ ਕੋਰਟ ਦੇ ਵਿੱਚ ਗਿਆ ਕਿਸੇ ਕੇਸ ਦੇ ਵਿੱਚ ਅਤੇ ਜਦੋਂ ਜੱਜ ਨੇ ਪੁੱਛਿਆ ਉਹਨੂੰ ਵੀ ਤੂੰ ਕਰਦਾ ਕੀ ਹੈ ਤਾਂ ਉਹ ਕਹਿੰਦਾ ਜੀ ਮੈਂ ਇੱਕ ਟੀਚਰ ਹਾਂ ਅਤੇ ਉਸ ਤੋਂ ਬਾਅਦ ਹਜੇ ਉਹਨੇ ਆਪਣੀ ਜਾਣ ਪਛਾਣ ਦੇਣੀ ਸੀ ਅਤੇ ਜੱਜ ਨੇ ਵਿੱਚੋਂ ਰੋਕ ਕੇ ਕਹਿੰਦੇ ਕਿਹਾ ਵੀ ਸਾਰੀ ਕੋਰਟ ਜਿਹੜੀ ਆ ਉਹ ਖੜ੍ਹੇ ਹੋ ਜਾਓ ਇੱਕ ਅਧਿਆਪਕ ਸਾਡੀ ਕੋਰਟ ਦੇ ਵਿੱਚ ਆਇਆ ਅਧਿਆਪਕ ਕਿਸੇ ਦਾ ਵੀ ਹੋਵੇ ਟੀਚਰ ਕਿਸੇ ਦਾ ਵੀ ਹੋਵੇ ਉਹਦਾ ਉਨਾ ਹੀ ਸਤਿਕਾਰ ਹੋਣਾ ਚਾਹੀਦਾ ਬਾਕੀ ਉਹ 'ਤੇ ਕੀ ਕੇਸ ਹੈ ਕੀ ਉਹਨੂੰ ਸਜ਼ਾ ਮਿਲਣੀ ਹੈ ਉਹ ਬਾਅਦ ਦੀ ਗੱਲ ਹੈ ਪਹਿਲਾਂ ਇੱਕ ਵਾਰ ਅਧਿਆਪਕ ਦੇ ਸਤਿਕਾਰ ਦੇ ਵਿੱਚ ਸਾਰੇ ਖੜ੍ਹੇ ਹੋਵੋ ਸੋ ਇਹ ਹੁੰਦਾ ਅਧਿਆਪਕ ਦਾ ਸਤਿਕਾਰ ਅਤੇ ਪਰ ਆਪਣੇ ਜੇ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਅਧਿਆਪਕ ਵੀ ਉੱਦਾਂ ਦੇ ਹੀ ਆ ਸਰਕਾਰੀ ਸਕੂਲਾਂ ਦੇ ਅਤੇ ਗਾਂ ਫਿਰ ਬੱਚੇ ਵੀ ਉੱਦਾਂ ਦੇ ਹੀ ਆ ਕਿਹੜਾ ਸਮਾਜ ਤਾਂ ਕਿਹੜੀ ਨਹੀਂ ਕਿਹਾ ਇਹ ਜਾਂਦਾ ਵੀ ਪ੍ਰਾਇਮਰੀ ਸਕੂਲ ਜਿਹੜਾ ਹੈਗਾ ਉਹ ਬੱਚੇ ਦਾ ਨੀਂਹ ਪੱਥਰ ਨੀਂਹ ਬਣਦੀ ਨਹੀਂ ਕਿਸੇ ਵੀ ਬਿਲਡਿੰਗ ਦੀ ਅਗਰ ਨੀਂਹ ਮਜ਼ਬੂਤ ਹੈ ਉਹਦੇ 'ਤੇ ਚਾਹੇ 100 ਮੰਜ਼ਲਾ ਬਿਲਡਿੰਗ ਖੜ੍ਹੀ ਕਰ ਲਓ 200 ਕਰ ਲਓ ਜੇ ਨੀਂਹ ਮਜ਼ਬੂਤ ਨਹੀਂ ਹੈ ਤਾਂ ਉੱਥੇ 1 ਮੰਜ਼ਲਾ ਮਕਾਨ ਵੀ ਡਿੱਗ ਸਕਦਾ ਸਾਡੇ ਹੁਣ ਬੱਚਿਆਂ ਦੀ ਨੀਂਹ ਜਿਹੜੀ ਅਸੀਂ ਕਹਿੰਦੇ ਪ੍ਰਾਇਮਰੀ ਸਕੂਲ ਹੈ ਸਟੱਡੀ ਨਹੀਂ ਆ ਉਹ ਹੀ ਉਹਦਾ ਹੀ ਬੁਰਾ ਹਾਲ ਹੈ ਸਰਕਾਰੀ ਸਕੂਲਾਂ ਦਾ ਅਤੇ ਬਾਕੀ ਦਾ ਕੀ ਹਾਲ ਹੋਊਗਾ ਖੈਰ ਇਹ ਮਾੜੀ ਗੱਲ ਹੈ ਜੀ ਅੰਗਹੀਣ ਖਿਡਾਰੀਆਂ ਨੂੰ ਸੜਕਾਂ ਦੇ ਉੱਪਰ ਤੰਗ ਪਰੇਸ਼ਾਨ ਕਰਨਾ ਘੜੀਸਣਾ ਬਹੁਤ ਮਾੜੀ ਗੱਲ ਇੱਕ ਹੋਰ ਜਿੱਦਣ ਦਾ ਕੇਜਰੀਵਾਲ ਸਾਹਿਬ ਕਹਿ ਕੇ ਗਏ ਨੇ ਵੀ ਸਿੱਖ ਸਮਾਜ ਤੋਂ ਹੀ ਹੋਏਗਾ ਚਿਹਰਾ ਪੰਜਾਬ ਦਾ ਮੁੱਖ ਮੰਤਰੀ ਵੈਸੇ ਤਾਂ ਪਹਿਲੇ ਵੀ ਸਿੱਖ ਹੀ ਨੇ ਜੀ ਜਿੰਨੇ ਮੁੱਖ ਮੰਤਰੀ ਤਕਰੀਬਨ ਹੋਏ ਨੇ ਹੁਣ ਵਾਲੇ ਲਾਸਟ ਦੋਹਾਂ ਦੀ ਗੱਲ ਕਰੀਏ ਤਾਂ ਵਾਹਵਾ ਸਿੱਖ ਨੇ ਥੋੜ੍ਹੇ ਬਹੁਤ ਸਿੱਖ ਨਹੀਂ ਚੰਗੇ ਸਿੱਖ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਸੋ ਸਿੱਖ ਸਮਾਜ 'ਚੋਂ ਚਿਹਰਾ ਹੋਣਾ ਚੰਗੀ ਗੱਲ ਹੈ ਪਰ ਨਾਲ ਉਹਦਾ ਇੱਕ ਵਧੀਆ ਪੰਜਾਬ ਦੀ ਸੋਚ ਵੀ ਹੋਣੀ ਚਾਹੀਦੀ ਆ ਪੰਜਾਬ ਦੀ ਸੋਚਣ ਬਾਰੇ ਸਿਰਫ ਇਹ ਹੀ ਕਿ ਸਿੱਖ ਸਮਾਜ ਨਾਲ ਮੁੱਖ ਮੰਤਰੀ ਬਣ ਜੂ ਅਤੇ ਇਹ ਨਹੀਂ ਚਾਹੀਦਾ
पंजाब की सोच भी चाहिए है, चाहे सिख हो चाहे कोई भी हो। सो पहले दो सिख जे है से अपने मुख्यमंत्री आप देख लिया, उन्होंने पंजाब का कि ख्याल रख्या, कई कामों तो बहुत ख्याल रख्या, कई कामों के चलो जो सिख समाज की गल हुई तो बड़े की सूई गई भगवंत मान से, मैं भी उदन यही कहा कि मतलब भगवंत मान को मुख्यमंत्री डिकलेयर करूंगे। उदू बाद उड़ती उड़ती खबर आई भी केजरीवाल कहण तो पहला यह बयान देने तो पहला नवजोत सिद्धू ने मुलाकात हो गई सी, तो उधरों नवजोत सिद्धू के जोड़े तेवर से अपनी हाईकमान प्रति तिखे जे हो गए, तो लगन लग पे भी शायद वो गल सही है। तो अज उड़ती उड़ती कई चैनलों ने जोड़े फेसबुक वाले चैनल जो होंगे उन्होंने रौला रूला जहा पाया कि नहीं एक कि राजेवाल जरा बलबीर सिंह राजेवाल हैगा किसान लीडर वो भी सिख समाज का बंदा तो वह भी मुख्यमंत्री का चेहरा हो सकता है। मेरा ख्याल है जी हजे जब तक क्लीयर नहीं होंगे तो कई मुख्यमंत्री बनने हैं तो कई बेचारे लहने हैं, कई दिल टुटने तो कई झट दी झट रात रात हौसला होना लै भी हूँ तो मैं मुख्यमंत्री की वारी आ गई, तो सारे आपो अपना सोच के बैठे होने मुख्यमंत्री जो पहला भी सगा वोटा आईया 2017 के उदो नाल दी नाल एक हरभजन मान की फिल्म आई सी साडे सीएम साहब, खैर फिल्म तो जिहड़ी सी सी तो पर उदो आम आदमी पार्टी का भी रौला आए सी सारे सीएम साहब, तो हुण भी कितें सारे सीएम साहब की गल आ गई तो कम खराब होजू। सो ध्यान रखने की लोड़ है। भगत कबीर जी का अज जन्म दिहाड़ा जी, बहुत बहुत मुबारकबाद दें, 24 जून उन्हों का जन्म दिहाड़ा होंदा, तो बहुत ही वधिया श्लोक तो बहुत वधिया शब्द उन्होंने गुरु ग्रंथ साहब जी के दर्ज ने, सो यदी बहुत बहुत मुबारकबाद दें उन्होंने जन्म दिहाड़े की। नाल दी नाल विषय वल चलिए जी, सानू काफ़ी लोगों ने कहा भी दो चीज़ा लंघ के गई हैं, तुसी उत्ते गल नहीं कीती जां घट कीती है। फिर मैं कहा जी चलो अज दोहां ते गल कर लैने आ। एक तां इह सीगे वी पंजाब दे विच कहिंदे बेरोज़गारी खत्म हो गई आ, जिहड़े आखिरी दो बेरोज़गार सी उन्हां नूं भी नौकरी दे दित्ती गई सी, आखिरी दो गरीब बेरोज़गार जिहड़े सी उन्हां नूं नौकरी दे के पंजाब बिल्कुल बेरोज़गारी तों मुक्त करता सी। पता ही लग गया होना जी, खबरां बहुत आईयां MLA जिहड़े मुंडे सीगे उन्हां नूं नौकरी दित्ती, एक नूं DSP बनाया सी, एक नूं नायब तहसीलदार बनाया सीगा, एक ने तो जवाब देता भी नहीं भाई नौकरी नहीं करनी, की प्रैशर उहदे पिछे की नहीं है, पर कहिंदे जी तरस दे आधार ते नौकरी दित्ती। भाई कादा तरस, हद हो गई है तरस के आधार से नौकरी देनी है, होर इन्ने शहीद पए ने पंजाब दे विच जिन्होंने कुरबानियां दित्तियां देश वास्ते, नाले लीडर के मुंडे नूं हुण नौकरियां दी की लोड़ है, जे लीडर बन के भी MLA बन के पंजाब दे विच भी नौकरियां धक्के खाने फिर की फायदा। पर भाई वह भी सच्चे आ, वो सरकारी नौकरी है, सीधे पैसे आने गल नहीं बात नहीं, तनखाह भी अजकल सुखना सोहनी है, तो काम कहड़ा करना कराना हैगा। सो ये भी एक विशा हैगा जिते असी अज गल कर सकते हैं। पर मेन गल ये हैगी है कि सानू ये क्या कि पंजाब दे विच गैंगस्टर की असी गल करते हैं, अज गैंगस्टर की भी गल करांगे कि ये कारण ने। अच्छा गैंगस्टर कल्ला पंजाब दे विच नहीं हैगा, बाहरले मुल्कों के असी बहुत सारे बच्चे साढ़े जिहड़े आ देख सकते हैं इधरले राह ते तुरे हुए। वैसे जो फिल्मां देखते होंगे जी कि 10वीं 12वीं तो बाद फिल्म हिंदी देखनी है, तो उहदे विच हुंदा सी एक विलन हुंदा सीगा, वो चेता आ गया हुण सारा देख दिखा के, जदों हुण पुरानियां फिल्मां जिहड़ियां देखियां सीगियां उहदे तों गैंगस्टर बड़ा हावी होया। मेरे ख्याल बहुत सारे मुंडे उन्होंने देख के बने होने भी इन्नी ऐश हैगी है यार गैंगस्टर दे विच, इन्नी ऐश है विलन दी एक दी एक बदमाश दी इन्नी ऐश है, तो उन्हूं जदों अगले नूं इह कहिंदे आ वी भाई तूं उहदा एंड भी देख बदमाश दा, तो वह कहिंदे वी एंड नूं कोई एंड तो सब दा होणा, एंड तो उं वी हो जाणा, पहलां जिहड़ी ऐश हैगी आ हीरो इहनां दी चुन्नियां चन्नी जिहड़ियां लाउणियां उह तां ला लईए उन्नी देर, तो मुड़ के एंड तो चलो एक ठाह गोली वजनी चलो एंड हो जाए, तो कि गल सब का हो जाना, ये आपो अपनी सोच है। गैंगस्टर एक ऐसा लफ्ज़ है, गाने जोड़े साडे ने मेरे ख्याल दे विच भी काफ़ी प्रभावित करते हैं, और फिल्मों की मैं जी गल कर रहा थी, फिल्मों के भी जदों एक बदमाश एक विलन एक चुने हुए लीडर चुने हुए व्डे तो व्डे मंत्री आपके पैरों बिठा, तो उन्होंने कहता काम करने तो आजू जो होजू, तो वह भी अगे हाथ जुड़ के बैठा रहा, तो जो असं ये देखते हैं तो यह चीज़ा हूँ जो बाद दे विच पंजाब दे विच माहौल है तो इं लगन लग पे यार वाकई सच्चिया गल्लां ने, सच्चियों ही बदमाश की इन्नी टौर होंगी कि वह लीडर अपने पैरों च बिठा सकता।
पर हुण जिहड़े पिछे जे होए दे आ एक तां जयपाल भुल्लर ते दो जिहड़ा कलकत्ते होया पुलिस मुकाबला उहदा आपां जिक्र भी कीता सीगा ते उहदा दुबारा भी चलो पोस्टमार्टम हो गया ठीक है पर उहदा भरा अज कहिंदे जेल तों बाहर आया उहने संस्कार वेले जिहड़ी चिता नूं लांबू दिंदे हुंदे अग दिखाउंदे हुंदे उहदे भरा ने दिखाई है जेल चों बाहर आया ते उह वी कहिंदे ਭੁੱਬਾ ਮਾਰ ਕੇ ਰੋਂਦਾ ਸੀ ਚਲੋ ਭਰਾ ਦੀ ਮੌਤ ਹੋਈ ਆ ਅਤੇ ਭੁੱਬਾ ਮਾਰ ਕੇ ਤਾਂ ਰੋਣ ਆਉਂਦਾ ਹੀ ਆਉਂਦਾ ਪਰ ਉਹ ਕਹਿੰਦਾ ਵੀ ਮੈਂ ਇਸ ਕਰਕੇ ਨਹੀਂ ਰੋਂਦਾ ਵੀ ਚਲੋ ਮੇਰਾ ਭਰਾ ਦੀ ਡੈਥ ਹੋ ਗਈ ਹੈ ਮੈਂ ਇਸ ਕਰਕੇ ਰੋਂਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਵੀ ਇਨਕਾਊਂਟਰ ਬਣ ਸਕਦਾ ਇਹ ਹਾਲ ਸਾਡੇ ਪੰਜਾਬ ਦਾ ਸੋ ਅਸੀਂ ਅੱਜ ਤੁਹਾਡੇ ਨਾਲ ਜਿਹੜੀ ਹਲਕੀ ਫੁਲਕੀ ਗੱਲਬਾਤ ਕਰਾਂਗੇ ਹਲਕੀ ਫੁਲਕੀ ਵਿਸ਼ਾ ਬਹੁਤ ਸੰਜੀਦਾ ਕਿਉਂਕਿ ਗੈਂਗਸਟਰ ਵੀ ਆਪਣੇ ਹੀ ਬੱਚੇ ਨੇ ਅਤੇ ਦੂਜਾ ਇਹ ਹੈ ਕਿ ਪੁਲਿਸ ਵਾਲੇ ਜਿਹੜੇ ਮਾਰਦੇ ਨੇ ਉਹ ਵੀ ਆਪਣੇ ਪੰਜਾਬੀਆਂ ਦੇ ਵਿੱਚੋਂ ਨੇ ਪੰਜਾਬੀਆਂ ਦੀ ਆਪਾਂ ਗੱਲ ਕਰੀਏ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਇਹਦਾ ਕੀ ਮਾਹੌਲ ਹੈਗਾ ਕੀ ਤੁਸੀਂ ਸੋਚਦੇ ਹੋ ਬਾਹਰਲੇ ਮੁਲਕਾਂ ਦੇ ਵਿੱਚ ਬੱਚੇ ਕੀ ਇਹੋ ਜਿਹੀ ਸੁਸਾਇਟੀ ਦੇ ਵਿੱਚ ਹੈਗੇ ਆ ਜੇ ਗਨ ਕਲਚਰ ਦੀ ਅਸੀਂ ਗੱਲ ਕਰਦੇ ਹਾਂ ਵੀ ਕੀ ਸਾਡੇ ਪੰਜਾਬੀਆਂ ਦੇ ਬੱਚੇ ਇਹਦੇ 'ਚ ਤਾਂ ਨਹੀਂ ਇਨਵੋਲਵ ਹੈਗੇ ਅਤੇ ਮੁੱਕਦੀ ਗੱਲ ਇਹ ਹੈ ਵੀ ਅਸੀਂ ਗੱਲ ਤਾਂ ਕਰ ਲਈ ਦੀ ਹੈ ਸ਼ੁਰੂ ਵੀ ਕਰ ਲਈ ਦੀ ਹੈ ਅਤੇ ਚਲੋ ਘੰਟਾ ਗੱਲਾਂ ਕਰਕੇ ਅਤੇ ਟਾਈਮ ਜਿਹੜਾ ਸਾਡਾ ਹੈਗਾ ਉਹ ਵੀ ਲੰਘ ਜਾਂਦਾ ਅਤੇ ਪਰ ਅਸਲ ਦੇ ਵਿੱਚ ਉਹਦਾ ਹੱਲ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕਰੀਦੀ ਆ ਉਹ ਵੀ ਤੁਹਾਡੇ ਨਾਲ ਡਿਸਕਸ ਕਰੀਦਾ ਵੀ ਭਾਈ ਇਹਦੇ ਕੀ ਕਾਰਨ ਨੇ ਕੀ ਹੱਲ ਹੋਣੇ ਚਾਹੀਦੇ ਸੀ ਅਤੇ ਕੀ ਨਹੀਂ ਹੋ ਰਹੇ ਇੱਕ ਤਾਂ ਮੇਰੇ ਖਿਆਲ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਦੋਂ ਕੋਈ ਲੀਡਰ ਬਣਾਉਂਦਾ ਕਿਸੇ ਨੂੰ ਗੈਂਗਸਟਰ ਤਾਂ ਉਹਨੂੰ ਸਹੂਲਤਾਂ ਇੰਨੀਆਂ ਕੁ ਦਿੰਦੇ ਆ ਪਹਿਲਾਂ ਤੋਂ ਚਾਈ ਚਾਈ ਸਹੂਲਤਾਂ ਲੈਂਦਾ ਪੂਰੀਆਂ ਅਤੇ ਬਾਅਦ ਦੇ ਵਿੱਚ ਜਦੋਂ ਉਹਨੂੰ ਲੱਗਦਾ ਵੀ ਵਾਹ ਵਾਹ ਗਾਂਹ ਲੰਘ ਹੈ ਅਤੇ ਉਹ ਮੁੜਨਾ ਚਾਹੁੰਦਾ ਵੀ ਨਹੀਂ ਭਾਈ ਮੈਂ ਤਾਂ ਬਸ ਬਹੁਤ ਹੁਣ ਤਾਂ ਮੇਰਾ ਵਿਆਹ ਧਰਤਾ ਘਰਦਿਆਂ ਨੇ ਅਤੇ ਨਹੀਂ ਮੈਂ ਹੁਣ ਚੰਗੀ ਜ਼ਿੰਦਗੀ ਬਤੀਤ ਕਰਨੀ ਚਾਹੁੰਦਾ ਅਤੇ ਫਿਰ ਉਹ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਉਵੇਂ ਹੀ ਆਮ ਜ਼ਿੰਦਗੀ ਦੇ ਵਿੱਚ ਹੈ ਅਤੇ ਫਿਰ ਲੀਡਰ ਭਾਈ ਕਹਿੰਦੇ ਵੀ ਕਿਹੜੀ ਚੰਗੀ ਜ਼ਿੰਦਗੀ ਤੇਰੀ ਹੁਣ ਆਹ ਹੀ ਆ ਜਿਹੜੀ ਤੇਰੀ ਹੈਗੀ ਆ ਫਿਰ ਬਹੁਤ ਸਾਰੇ ਮੁੰਡੇ ਮਜਬੂਰਨ ਉਹਨਾਂ ਦਾ ਕੰਮ ਕਰਦੇ ਰਹਿੰਦੇ ਜੋ ਉਹ ਕਹਿੰਦੇ ਨੇ ਤਾਂ ਅਖੀਰ ਜੇ ਕੋਈ ਪਰ ਜ਼ਿਆਦਾ ਖੋਲ੍ਹਦਾ ਜ਼ਿਆਦਾ ਉਡਾਰੀਆਂ ਮਾਰਦਾ ਤਾਂ ਫਿਰ ਉਹਨਾਂ ਦੇ ਪਰ ਜਿਹੜੇ ਨੇ ਆ ਬਾਕੀ ਗੈਂਗਸਟਰਾਂ ਵਾਂਗੂ ਕੱਟ ਦਿੱਤੇ ਜਾਂਦੇ ਸਭ ਤੋਂ ਕਮਾਲ ਦੀ ਗੱਲ ਜਿਹੜੀ ਹੈ ਭਾਰਤ ਮੁਲਕ ਦੀ ਪੰਜਾਬ ਦੀ ਇਹ ਹੈ ਕਿ ਜਦੋਂ ਕਿਸੇ ਦਾ ਪੁਲਿਸ ਮੁਕਾਬਲਾ ਬਣਨਾ ਹੁੰਦਾ ਆਪਾਂ ਗੈਂਗਸਟਰ ਦੀ ਗੱਲ ਕਰ ਲੈਂਦੇ ਹਾਂ ਪੁਲਿਸ ਮੁਕਾਬਲਾ ਬਣਨਾ ਹੁੰਦਾ ਉਦੋਂ ਮਹੀਨਾ ਖੰਡ ਪਹਿਲਾਂ ਉਹਨੂੰ ਹਾਈਲਾਈਟ ਕਰਨਾ ਸ਼ੁਰੂ ਕਰਦੇ ਮੀਡੀਆ ਦੇ ਵਿੱਚ ਇਹਨੇ ਆਹ ਕਰਤਾ ਇਹਨੇ ਉਹ ਕਰਤਾ ਹਾਈਲਾਈਟ ਕਰਕੇ ਮੁੜ ਕੇ ਪਤਾ ਉਦੋਂ ਹੀ ਲੱਗਦਾ ਵੀ ਜਦੋਂ ਭਾਈ ਉਹ ਤਾਂ ਮੁਕਾਬਲੇ ਦੇ ਵਿੱਚ ਮਾਰਤਾ ਸੋ ਗੈਂਗਸਟਰ ਸਾਡੇ ਬੱਚੇ ਨਾ ਬਣਨ ਹੁਣ ਅਸੀਂ ਇਹ ਵੀ ਕਈ ਸਾਡੇ ਦਰਸ਼ਕ ਕਹਿ ਦਿੰਦੇ ਆ ਵੀ ਭਾਈ ਇੰਡੀਆ ਦੇ ਵਿੱਚ ਆਪਾਂ ਨੂੰ ਕੌਣ ਦੇਖਦਾ ਸੁਣਦਾ ਪਰ ਸੋਸ਼ਲ ਮੀਡੀਆ 'ਤੇ ਹਰ ਬੰਦਾ ਦੇਖਦਾ ਸੁਣਦਾ ਬਹੁਤ ਸਾਰੇ ਲੋਕ ਅਮਲ ਵੀ ਕਰਦੇ ਨੇ ਸਿਆਣੀਆਂ ਗੱਲਾਂ ਦਾ ਜਿਹੜੀਆਂ ਸਾਡੇ ਦਰਸ਼ਕ ਕਰਦੇ ਨੇ ਸੋ ਅੱਜ ਦਾ ਵਿਸ਼ਾ ਇਹੀ ਹੋਏਗਾ ਕਿ ਗੈਂਗਸਟਰ ਲਫ਼ਜ਼ ਜਿਹੜਾ ਉਹ ਕੀ ਹੈ ਕਿੱਥੋਂ ਸ਼ੁਰੂ ਹੁੰਦਾ ਕਿਉਂ ਸ਼ੁਰੂ ਹੁੰਦਾ ਕਿੱਥੇ ਜਾ ਕੇ ਖਤਮ ਹੁੰਦਾ ਅਤੇ ਕੀ ਉਹਦੇ ਤੋਂ ਬਚਿਆ ਜਾ ਸਕਦਾ ਚਲੋ ਜੇ ਬੰਦਾ ਕਹਿੰਦੇ ਵੀ ਇੱਕ ਵਾਰੀ ਗਲਤੀ ਹੋ ਗਈ ਦਲਦਲ ਦੇ ਵਿੱਚ ਫਸ ਗਿਆ ਅਤੇ ਉਸ ਦਲਦਲ ਦੇ ਵਿੱਚੋਂ ਨਿਕਲਣ ਦਾ ਵੀ ਕੋਈ ਨਾ ਕੋਈ ਤਰੀਕਾ ਜ਼ਰੂਰ ਹੋਏਗਾ ਜੇ ਹਰ ਬਿਮਾਰੀ ਦਾ ਇਲਾਜ ਹੋ ਸਕਦਾ ਵੱਡੀ ਤੋਂ ਵੱਡੀ ਦਾ ਇਲਾਜ ਕੱਢ ਸਕਦੇ ਹੈ ਸਾਇੰਸਦਾਨ ਕੱਢ ਸਕਦੇ ਡਾਕਟਰ ਕੱਢ ਸਕਦੇ ਆ ਕੋਵਿਡ ਦਾ ਇਉਂ ਲੱਗਦਾ ਸੀ ਵੀ ਇਹਦਾ ਇਲਾਜ ਆਉਣਾ ਹੀ ਨਹੀਂ ਇਹਦੀ ਵੈਕਸੀਨ ਆਉਣੀ ਨਹੀਂ ਹੈ ਤਾਂ ਐਂ ਚੱਲੀ ਜਾਣਾ ਬਹੁਤ ਬੁਰਾ ਹਾਲ ਹੋਣਾ ਅਤੇ ਕੋਵਿਡ ਦਾ ਵੀ ਇੰਜੈਕਸ਼ਨ ਆ ਗਿਆ ਸਭ ਨੇ ਲਵਾ ਲਏ ਹੁਣ ਚੰਗੇ ਭੱਲੇ ਸਾਰੇ ਹੈਗੇ ਨੇ ਸੋ ਜਿਹੜਾ ਗੈਂਗਸਟਰ ਨਾਂ ਦੀ ਬਿਮਾਰੀ ਹੈ ਇਹਦਾ ਇਲਾਜ ਕੀ ਹੈ ਜਿਹੜੇ ਬੱਚੇ ਇਹਦੇ 'ਚ ਫਸ ਜਾਂਦੇ ਨੇ ਮੁੜ ਕੇ ਨਿਕਲਣਾ ਔਖਾ ਹੋ ਜਾਂਦਾ ਅਤੇ ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੁੰਦੇ ਹੋ ਇਹ ਅੱਜ ਦਾ ਵਿਸ਼ਾ ਮੈਂ ਤਾਂ ਰੱਖਿਆ ਮੈਨੂੰ ਸਰਦਾਰ ਅਜੀਤ ਸਿੰਘ ਗਿੱਲ ਹੈਗੇ ਨੇ ਫਰਿਜਨੋ ਤੋਂ ਅਤੇ ਉਹ ਕਹਿੰਦੇ ਵੀ ਵਿਸ਼ੇ ਤੁਸੀਂ ਸਾਰੇ ਰੱਖਦੇ ਹੋ ਸਹੀ ਅਤੇ ਪਰ ਇੱਕ ਇਹ ਵਿਸ਼ਾ ਜਿਹੜਾ ਤੁਸੀਂ ਕਦੇ ਬਾਹਲਾ ਨਹੀਂ ਛੂਹਿਆ ਇਹ ਵੀ ਦਰਸ਼ਕ ਸਿਆਣੇ ਨੇ ਸਾਰੇ ਉਹਨਾਂ ਦੀਆਂ ਸਲਾਹਾਂ ਲਓ ਉਹਨਾਂ ਦੀਆਂ ਸਲਾਹਾਂ ਤੁਹਾਡੇ ਗਾਂ ਦੀ ਗਾਂ ਪਹੁੰਚਦੀਆਂ ਲੋਕ ਅਮਲ ਵੀ ਕਰਦੇ ਆ ਸੋ ਮੈਂ ਕੋਸ਼ਿਸ਼ ਕਰੂੰਗਾ ਬ੍ਰੇਕ ਤੋਂ ਬਾਅਦ ਥੋੜ੍ਹੀ ਦੇਰ ਵਾਸਤੇ ਸਰਦਾਰ ਅਜੀਤ ਸਿੰਘ ਗਿੱਲ ਜੀ ਨੂੰ ਉਹਨਾਂ ਨੂੰ ਵੀ ਫੋਨ 'ਤੇ ਲਈਏ ਅਤੇ ਉਹਨਾਂ ਦੇ ਵਿਚਾਰ ਸੁਣੀਏ ਅਤੇ ਨਾਲ ਦੀ ਨਾਲ ਫਿਰ ਤੁਹਾਡੇ ਵਿਚਾਰ ਕੀ ਨੇ ਇਸ ਮਾਮਲੇ ਦੇ ਵਿੱਚ ਇਹ ਇੱਕ ਬੜਾ ਡੂੰਘਾ ਵਿਸ਼ਾ ਬਹੁਤ ਸੋਚਣ ਵਾਲਾ ਵਿਸ਼ਾ ਕਿ ਕਿਵੇਂ ਇਹਦੇ 'ਚੋਂ ਬਚਿਆ ਜਾ ਸਕਦਾ ਤੁਸੀਂ ਵੀ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ ਰੋਜ਼ ਦੀ ਤਰ੍ਹਾਂ ਕਾਲ ਕਰਕੇ ਅੱਜ ਵੀ ਕਰੋ ਪਰ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ ਤੁਸੀਂ ਦੇਖਦੇ ਰਹੋ ਜਸ ਪੰਜਾਬ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ ਕੀ ਹਾਲ ਆ ਜੀ ਠੀਕ ਠਾਕ ਹੋ ਹਾਂਜੀ ਹਾਂਜੀ ਗੈਂਗਸਟਰ ਵਿਚਾਰੇ
ਬਣੇ ਬਣਾਏ ਜਾਂਦੇ ਆ। अच्छा तो मतलब ये जदों यंग एज दे विच बच्चा हुंदा ते उहदा दिमाग जिहड़ा वो मतलब वक् वक् वड्डियां वड्डियां उड़ारियां देखदा वड्डे वड्डे सुपने देखदा ते पूरे करन वास्ते उहनां नूं मेरे ख्याल राह मिल जांदा। मोस्टली इंडिया दा अपने जिहड़े ना पॉलिटिक्स वाले जिंदे भी बंदे आ जी उन्होंने पूरे बंदे रखे होंदे आ जंग ब्लड नूं ट्रेन करो अपनी अच्छा एक मनजीत सिंह जी जे असीं देखिए तो जिहड़े बच्चे मुंडे खास तौर पर घर तो बाहर ने होस्टलों में रहिंदे ने जां पीजीआं में रहिंदे ने उन्होंने इस तरह वाले पास जाने ज़्यादा चांस होंगे ने। हाँ वो ही है क्योंकि फिर उन्होंने फ्रीडम मिल जाती पूरी फिर उन्होंने बाद घर का कनैक्शन टुटे होंगे जिते मर्जी जान आ नहीं रहे हुण साडे भेद खोलणगे ते दूजा ए लगदा कि ओह कहिंदे वी भाई असीं तां अपना हुण कम्मकार करना सानू माफी दिओ तां वी हैगा इदां। हाँ जी हाँ जी प्रॉब्लम की है ना फिर ये चाहे तुम ला लो इंडिया चाहे इतने ला लो जे माफिए बढ़ जाते जहाँ तक उन्होंने निकलना मुश्किल हो जाता जी वो निकलते हैं तो उन्होंने उन्होंने लास्ट यही होंगे उन्होंने मौत। तो यदा हल की है जी कि बच्चे नंबर एक तो उधर जा ही ना तो जो कोई चले गया तो वह बेचारा किमें निकल सकता माड़ा होल्ड रखियो पहले कार एक होल्ड कर लवान जी। मनजीत सिंह जी मनजीत सिंह जी हाँ जी हाँ जी वो तो यही निकल सकता भाई जे कि ना अपनी लोकेशन बदल दे चुप दूर कि हो कि बस जी गैंग जिन्हें भी गैंग पुछे होंगे यार इसे बाद च बंद छे नहीं है जान के मैं न्यूयॉर्क रहा सुन साल तो उत्थे भी मैं दसते होंगे जे इदा के ग्रुप होंगे सके बिलकुल जी बिलकुल एक कनेडा की गल मैं साडे दोस्त के चलो कनेडा दे भी हां तुसीं देखिया कल चलो मेहरबानी थोड़ी बहुत मेहरबानी देखते एक बार जी। हैलो हाँ जी गिल साहब सुन रहे आवाज़ हैलो मेरे ख्याल दोबारा डायल कर लें जी क्योंकि स्पैशल उन्होंने ही असी अज इस प्रोग्राम के गल करनी चाहते थे क्योंकि वह काफ़ी वधिया विचार उन्होंने मेरे नाल सांझे किए थे ऑफ द ईयर फोन किया जो आया फोन गल हुई है दोबारा देखते हैं उन्होंने जुड़ के जो जुड़ गए नहीं तो फिर आप गल बात करेंगे जी। सत श्री अकाल साहब आवाज आ रही थोड़ा हाँ पहले तो आवाज बिल्कुल चुप ही होगी जिम्मे ना जमा शांतमई अंदोलन जी की विचार ने जी गिल साहब की विचार ने सारे ओवरऑल गलबात जी हैगी है वेखो जी जी एनकाउंटर वाली कही है मेरा एस्टिमेट हैगा भी 90% ਉਹ ਐਨਕਾਊਂਟਰ ਕਰਕੇ ਮਾਰਦੇ ਵਿੱਚ ਗਰਾਉਂ ਉਹ ਐਨਕਾਊਂਟਰ ਨਹੀਂ ਹੁੰਦਾ ਭਜਾ ਕੇ ਜਾਂ ਬਾਹਰ ਨੂੰ ਚੱਲ ਕੇ ਕਿਤੇ ਵੀ ਸਿੱਧੇ ਬਣਾਉਂਦੇ ਆ ਤੁਸੀਂ ਗੱਲ ਕਹੇ ਹਟੇ ਆ ਕਿ ਪਹਿਲਾਂ ਉਹਨਾਂ ਦੀ ਵਾਰਡ ਆਉਂਦੇ ਆ ਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਕਰ ਦਿੰਦੇ ਆ ਇਹ ਇਹਨਾਂ ਵਾਸਤੇ ਈਜ਼ੀ ਰਸਤਾ ਉਹਨਾਂ ਨੂੰ ਖਤਮ ਕਰਨ ਦਾ ਪਰ ਇਉਂ ਖਤਮ ਨਹੀਂ ਹੁੰਦੇ ਇਹਨਾਂ ਸਭ ਨੂੰ ਰੀਹੈਬ ਕਰਨਾ ਚਾਹੀਦਾ। ਅੱਛਾ हाँ जी सब नु रीहैब करना चाहिए मैं तो इतों तक भी कहूंगा कि सारा एक बार जिम्मे इतने टैक्स माफ हो जाते उन्होंने सारी एक तरह की माफी दे के रीहैब करके
कारण की बनते ने की कारण रेंदे ने जो लोग क्यों बच्चे इधरले पास जाते ने बारे थोड़े की विचार ਉਹਦੇ ਵਿੱਚ ਆਪਾਂ ਕਾਫੀ ਜਾਣੇ ਉਹਦੇ ਭਾਗੀਦਾਰ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੇ ਪੋਲੀਟੀਸ਼ੀਅਨ ਉਹ ਭਾਗੀਦਾਰ ਆ ਜੀ ਹਾਂਜੀ ਤੇ ਦੂਜੇ ਨੰਬਰ ਤੇ ਇੱਕ ਜਿਹੜਾ ਗਵਰਨਮੈਂਟ ਦੇ ਕਾਨੂੰਨ ਜਿਹੜੇ ਉਹ ਭਾਗੀਦਾਰ ਆ ਜੀ ਮਾਪੇ ਵੀ ਭਾਗੀਦਾਰ ਆ ਤੇ ਆਪਾਂ ਸਾਰੀ ਕਮਿਊਨਿਟੀ ਵੀ ਭਾਗੀਦਾਰ ਆ ਅੱਗੇ ਵੇਖੋ ਵੀ ਇੱਕ ਜਾਣੇ ਦੀ ਧੀ ਜਾਂ ਕੋਈ ਲੰਘਦਾ ਹੁੰਦੀ ਤੇ ਸਾਰਾ ਪਿੰਡ ਉਹਦਾ ਉਹਦੀ ਪ੍ਰੋਟੈਕਸ਼ਨ ਕਰਦਾ ਸੀਗਾ ਜੀ ਹੁਣ ਅੱਜ ਕੱਲ ਤਾਂ ਉਹਨੂੰ ਵੇਖ ਕੇ ਤਮਾਸ਼ਾ ਕਰਦੇ ਹੋ ਜੀ ਹਾਂਜੀ ਤੇ ਹਾਂਜੀ हाँ जी मैं गिल साहब यही गल करता सीगा भी चलो जे तुसी माफ़ी की गल की तो माफ़ी लैनी की तो है वो माफ़ी लैनी नहीं देंगे एदा की तो मैं लगता फिर कोई हल ही है नहीं क्योंकि जे जे तो कोई आम बच्चा बिगड़िया बच्चा असं कहने आम बिगड़िया वो गल तो हो सकती है वो रीहैब हो सकता है जेडे है ही क्रिएट किए गए लीडर द्वारा अपने काम कढ़ाने लिए मैं तो यह भी पता लग्या जी वह ड्यूटियां लाने ने बकायदा कॉलेजों के देखो कि मुंडा ज़्यादा तेज है पढ़ाई हुंदी सी उथों ही सानूं इह पूरी एजुकेशन मिलनी चाहिए आ बहुत चंगी तरह मिलनी चाहिए आ धर्म ना जोड़ना चाहिए जेड़े जेड़े धर्म नूं भी बिलीव करदा उन्हां च चंगे सिटीजन बणदी फायदे होने दसने चाहिए आ ते जेड़ा कोई गैंगस्टर वाले इस पासे जांदा उन्हां दा अंत उन्हां दी लाइफ किस तरह हुंदी आ वो किस तरह मुकदी उहदे नैगेटिव पार्ट विखाउण दी लोड़ आ जी हांजी जी जिहड़ी हाँ जी तुसी कंप्लीट करो पहला मैं उस तो बाद करदा गल हाँ जी देखो ये जदों आपां ताणा होण गया आपां नूं सारियां नूं इकट्ठे होके इह जिहड़ी गवर्नमेंट आ उह जे बंदे लियाउणे चाहीदे आ जिहड़े इहनां दी गैंगस्टर पैदा नहीं करदे जी आपां नूं पता ही आ वी इह दोवें पार्टियां ही पैदा करदियां ते फिर उहनां नूं वरतदियां जां होर वी कई रीजन हो सकदे आ ਆਪਾਂ ਨੂੰ ਤੀਜਾ ਬਦਲ ਲਿਆਉਣਾ ਚਾਹੀਦਾ ਤਾਂ ਤਾਂ ਕਿ ਅਸੀਂ ਵੇਖੀਏ ਤੇ ਫਿਰ ਚੰਗੇ ਕਾਨੂੰਨ ਬਣਨ ਤੇ ਦੂਜੀ ਵੱਡੀ ਗੱਲ ਇਹ ਵੀ ਆ ਵੀ ਜਿਹੜੇ ਗੈਂਗਸਟਰ ਆਪਦੀ ਸ਼ੋਹਰਤ ਵਾਸਤੇ ਮੰਨਦੇ ਇਹ ਵੀ ਤੁਸੀਂ ਸਾਰਾ ਦੱਸਦਾ ਸਾਰਿਆਂ ਨੂੰ ਜੇ ਚੰਗੀ ਰੁਜ਼ਗਾਰ ਮਿਲੂਗੀ ਤੇ ਸ਼ਾਇਦ ਉਹ ਇਸ ਪਾਸੇ ਨਾ ਜਾਣ ਜੀ ਸਾਰਿਆਂ ਨੂੰ ਹੱਥ ਅੱਗੇ ਵੇਖੋ ਸਾਰੇ ਬੰਦੇ ਹੱਥੀਂ ਕੰਮ ਕਰਦੇ ਸੀ ਜਦੋਂ ਤੁਹਾਡੇ ਕੋਲ ਕੋਈ ਹੁਨਰ ਆ ਤੁਸੀਂ ਹੱਥੀਂ ਕੰਮ ਕਰਨ ਤੋਂ ਨਹੀਂ ਡਰਦੇ then you make your living by working hard ye jadon je tu sade ch oh gun paida nahi hunda kamai karke banaun da then you look easy way how to do it eh vi da karan aa ji eh da karan apne dna ch vi tusi keh lo ve har ek inni shohrat aaste hun itthe canada di gal kar lo koi inna nu pukta hai ni ki inna nu ji ਇਹ ਇਹਨਾਂ ਦੇ ਅੱਡ ਰੀਜਨ ਆ ਵੀ ਕਿਉਂ ਗੈਂਗਸਟਰ ਬਣਦੇ ਆ ਵੇਖੋ ਵੇਖੀ ਸਾਨੂੰ ਵੱਡਾ ਘਰ ਚਾਹੀਦਾ ਵੱਡੀ ਉਹ ਚਾਹੀਦੀ ਹੈ ਕੰਮ ਨਹੀਂ ਚਾਹੀਦਾ ਅਸੀਂ ਹੁਕਮ ਕਰਨਾ ਇਸ ਤਰ੍ਹਾਂ ਜ਼ਿੰਦਗੀਆਂ ਨਹੀਂ ਲੱਗਦੀਆਂ ਇਹ ਇਕੱਲੇ ਆਪਦੀ ਜ਼ਿੰਦਗੀ ਨਹੀਂ ਬਰਬਾਦ ਕਰਦੇ ਸਾਰੇ ਟੱਬਰ ਨੂੰ ਇਹ ਉਹ ਸੂਲੀ ਚਾੜ ਦਿੰਦੇ ਆ ਉਹਨਾਂ ਦਾ ਸਤਿਆਨਾਸ਼ ਹੋ ਜਾਂਦਾ ਉਦੋਂ ਤੱਕ ਸਾਰੀ ਕਮਿਊਨਿਟੀ ਦਾ ਹੀ ਸਤਿਆਨਾਸ਼ ਕਰਦੇ ਆ ਅੱਛਾ ਅਸੀਂ ਇੱਥੇ ਹਾਂਜੀ ਜੀ ਗਿੱਲ ਸਾਹਿਬ ਇੱਕ ਇਹਦੇ ਕਾਰਨ ਜਿਹੜੇ ਨੇ ਉਹਨਾਂ ਦੇ ਵਿੱਚ ਇੱਕ ਕਾਰਨ ਇਹ ਵੀ ਹੈਗਾ ਕਿ ਜਦੋਂ ਬੰਦੇ ਨੂੰ ਢਿੱਲ ਮਿਲ ਜਾਂਦੀ ਆ ਬੱਚਾ ਘਰੋਂ ਬਾਹਰ ਚੱਲ ਜਾਂਦਾ ਹੋਸਟਲ 'ਚ ਰਹਿੰਦਾ ਪੀ ਜੀ 'ਚ ਰਹਿੰਦਾ ਉਦੋਂ ਜ਼ਿਆਦਾ ਚਾਂਸ ਹੈਗੇ ਨੇ ਇਧਰਲੇ ਪਾਸੇ ਨੂੰ ਜਾਣ ਦੇ ਬਿਲਕੁਲ ਜੀ ਬਿਲਕੁਲ ਅੱਗੇ ਆਪਾਂ ਅਸੀਂ ਪੜ੍ਹੇ ਹਾਂ ਜਦੋਂ ਸਾਰਾ ਟੱਬਰ ਇਕੱਠੇ ਰਹਿੰਦੇ ਸੀਗੇ ਪਿੰਡ 'ਚ ਵਾਹੀਆਂ ਕਰਦੇ ਸੀ ਸਾਰੇ ਇੱਕ ਦੂਜੇ ਨੂੰ ਵਾਚ ਕਰਦੇ ਸੀ ਕੀ ਹੁਣ ਜਿਹੜੇ ਵੇਖੋ ਹੁਣ ਸਾਰੀ ਉਮਰ ਤਾਂ ਪੜ੍ਹਾਈਆਂ ਜੀ ਲੰਘ ਜਾਂਦੀ ਆ ਹਾਂਜੀ ਉਹ ਘਰੋਂ ਪਹਿਲਾਂ ਦਿਨ ਤੋਂ ਦੂਰ ਰਹਿ ਜਾਂਦੇ ਕਦੇ ਉਹਨਾਂ ਨੇ ਘਰੇ ਪਰਿਵਾਰ ਦੇ ਵਿੱਚ ਰਹਿਣ ਦਾ ਕਦੇ ਸਿੱਖਿਆ ਹੀ ਨਹੀਂ ਕਦੇ ਡਿਸਿਪਲਿਨ ਨਹੀਂ ਸਿੱਖਦੇ ਅਸੀਂ ਇਹਨੂੰ ਡਾਕਟਰ ਬਣਾਉਂਦੇ ਅਸੀਂ ਇਹਨੂੰ ਇੰਜੀਨੀਅਰ ਬਣਾਉਂਦੇ ਜਾਂ ਅਸੀਂ ਉਹਨੂੰ ਹੋਸਟਲਾਂ 'ਚ ਛੱਡਦੇ ਹਾਂ ਬਣਾਉਂਦੇ ਬੱਚਿਆਂ ਕਿਹਾ ਪਰ ਉਹਨੂੰ ਤੁਸੀਂ ਟੱਬਰਾਂ ਨਾਲ ਆਪਦੇ ਫੈਮਿਲੀ ਨਾਲ ਤੋੜ ਦਿੰਦੇ ਜਿਹੜੀ ਜ਼ਿੰਦਗੀ ਦੇ
ਮੂਲ ਅਸੂਲ ਹੁੰਦੇ ਆ ਉਹਨਾਂ ਨਾਲ ਜੁੜ ਜਾਂਦਾ। अच्छा गिल साहब एक होर ये गल सामने आ रही हूँ अजक भारत के भी तो पंजाब के इधरले मुल्कों के कि बच्चे चाहे हुण मैं मतलब फ्रिजनो तुसी रहिंदे हो फ्रिजनो दे विच वधिया कॉलेज हैगा कुछ हैगा पर बच्चे प्रैफर करते हैं नहीं जी फ्रिजनो वाले कॉलेज नहीं लगना मैं तो फलाने जिहड़ा उत्थों गांह जाके दूर है थोड़ा बहुत होस्टल जिते होस्टल के रहना पैंदा ਵੀ ਮੈਂ ਉੱਥੇ ਪੜ੍ਹਨਾ ਉਸ ਕਾਲਜ 'ਚ ਪੜ੍ਹਨਾ ਅਤੇ ਇਹ ਬੱਚੇ ਇੱਦਾਂ ਹੁਣ ਕਿਉਂ ਹੈਗੇ ਇਹ ਵੀ ਕਾਰਨ ਹੈਗਾ ਕਿ ਜਦੋਂ ਬੱਚੇ ਨੂੰ ਖੁੱਲ੍ਹ ਮਿਲ ਜਾਂਦੀ ਆ ਅਤੇ ਬਾਹਰ ਵਿਚਰਨ ਦੀ ਅਤੇ ਉਦੋਂ ਫਿਰ ਉਦੋਂ ਵੀ ਇਹੋ ਜਿਹੇ ਕੰਮ ਹੁੰਦੇ ਨੇ। ਬਿਲਕੁਲ ਸਹੀ ਆ ਜੀ, ਮੇਰੀ ਇਹ ਸੁਜੈਸ਼ਨ ਆ ਤੁਸੀਂ ਬੱਚਿਆਂ ਨੂੰ ਕੋਲੇ ਰੱਖ ਕੇ ਜਿਹੜਾ ਤੁਹਾਡਾ ਕਾਲਜ ਆ ਜਾਂ ਜਿੱਥੇ ਤੁਸੀਂ ਵਾਚ ਕਰ ਸਕਦੇ ਉੱਥੇ ਹੀ ਪੜ੍ਹਾਓ ਜੀ। ਦੂਜੇ ਦੇ ਵਿੱਚ ਤੁਸੀਂ ਇਕੱਲੀ ਪੜ੍ਹਾਈ ਨਾਲ ਜ਼ਿੰਦਗੀ ਚੰਗੀ ਨਹੀਂ ਬਣਦੀ, ਇੱਥੇ ਤੁਸੀਂ ਕੋਈ ਵੀ ਕੰਮ ਕਰ ਲਓ ਇੱਥੇ ਉਸੇ ਨਾਲ ਵੀ ਗੁਜ਼ਾਰਾ ਕਰ ਲਓਗੇ। ਬਿਲਕੁਲ ਬਿਲਕੁਲ, ਤੇ ਉਸੇ ਨਾਲ ਹੀ ਰਹਿ ਜਿਹੜੇ ਆਪਦੇ ਤੁਹਾਡਾ ਮੇਨ ਹੋਣਾ ਚਾਹੀਦਾ ਤੁਸੀਂ ਪਰਿਵਾਰ ਕਿਵੇਂ ਇਕੱਠੇ ਰੱਖਣੇ ਆ ਤੇ ਕਿਵੇਂ ਆਗਿਆਕਾਰ ਬਣਾਉਣੇ ਆ ਤੇ ਉਹ ਨੇੜੇ ਰਹਿ ਕੇ ਹੀ ਹੋ ਸਕਦੇ ਆ, ਜੇ ਉਹ ਦੂਰ ਰਹਿ ਕੇ ਉਹ ਤੋਂ ਬਾਅਦ ਬੱਚੇ ਘਰੇ ਨਹੀਂ ਆਉਂਦੇ ਨਾ ਤੁਹਾਡੇ ਨਾਲ ਰਹਿਣਾ ਸਿੱਖਦੇ ਆ ਨਾ ਤੁਹਾਡੇ ਨਾਲ ਗੱਲ ਕਰਨੀ ਸਿੱਖਦੇ ਨਾ ਪਰਿਵਾਰ ਚ ਰਹਿ ਸਕਦੇ ਆ। ਇਸੇ ਕਰਕੇ ਜਿਹੜੇ ਇੱਕ ਇਹ ਬਿਮਾਰੀ ਨੀ ਇਹਨਾਂ ਡਿਵੋਰਸ ਵੀ ਇਹ ਜ਼ਿਆਦਾ ਹੋ ਜਾਣਗੇ ਜਦੋਂ ਦੂਜੇ ਨਾਲ ਰਹਿਣਾ ਨਹੀਂ ਸਿੱਖਿਆ ਉਹਨਾਂ ਨੇ। ਬਿਲਕੁਲ ਜੀ ਬਿਲਕੁਲ, ਇਹ ਸਮੱਸਿਆ ਬਹੁਤ ਵੱਡੇ ਪੱਧਰ ਤੇ ਬਾਹਰਲੇ ਮੁਲਕਾਂ ਦੇ ਵਿੱਚ ਆ ਰਹੀ ਹੈ ਜੀ, ਬੱਚਿਆਂ ਦੇ ਘਰੋਂ ਬਾਹਰ ਦੂਰ ਰਹਿਣ ਦੀ ਜ਼ਿੱਦ। ਹਾਂਜੀ ਬਹੁਤ ਮਿਹਰਬਾਨੀ ਗਿੱਲ ਸਾਹਿਬ, ਹਾਂਜੀ ਬਹੁਤ ਥੈਂਕ ਯੂ ਜੀ, ਬਹੁਤ ਮਿਹਰਬਾਨੀ ਜੀ, ਬਹੁਤ ਵਧੀਆ ਵਿਚਾਰ ਤੁਸੀਂ ਪੇਸ਼ ਕੀਤੇ, ਜ਼ਰੂਰ ਤੁਹਾਨੂੰ ਫਿਰ ਕਸ ਦੇਵਾਂਗੇ ਜੀ, ਮਿਹਰਬਾਨੀ। ਅਜੀਤ ਸਿੰਘ ਗਿੱਲ ਸਾਹਿਬ ਸਾਡੇ ਦਾ ਵਿਚਾਰ ਸਾਂਝੇ ਕਰ ਰਹੇ ਸੀ, ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਗੱਲ ਓਵਰਆਲ ਘੁੰਮ ਘੁਮਾ ਕੇ ਅੱਜ ਫਿਰ ਬੱਚਿਆਂ 'ਤੇ ਹੀ ਆ ਗਈ, ਬੱਚਿਆਂ 'ਤੇ ਉਹਨਾਂ ਬੱਚਿਆਂ 'ਤੇ ਜਿਹੜੇ 19-20 ਸਾਲ ਦੇ ਹੈਗੇ ਨੇ ਅੱਜ, ਅਤੇ ਉਹਨਾਂ ਦਾ ਰੁੱਖ ਕਿੱਧਰਲੇ ਪਾਸੇ ਨੂੰ ਹੋਣਾ ਜਾਂ ਕਿਵੇਂ ਹੋਰ ਪਾਸੇ ਨੂੰ ਜਾਂਦੇ ਬੱਚਿਆਂ ਨੂੰ ਅਸੀਂ ਸਹੀ ਰਸਤੇ ਲਿਆ ਸਕਦੇ ਹਾਂ, ਇਹ ਅੱਜ ਆਪਾਂ ਗੱਲ ਕਰਦੇ ਹਾਂ। ਇੱਧਰਲੇ ਮੁਲਕਾਂ ਦੀ ਅਸੀਂ ਪੰਜਾਬ ਦੀ ਗੈਂਗਸਟਰ ਦੀ ਗੱਲ ਕਰਦੇ, ਪਰ ਇੱਧਰਲੇ ਮੁਲਕਾਂ ਦੇ ਵਿੱਚ ਇਹ ਸਮੱਸਿਆ ਉਦੋਂ ਵੀ ਕਿਤੇ ਵੱਡੀ ਆ ਅਤੇ ਉਦੋਂ ਵੀ ਕਿਤੇ ਜ਼ਿਆਦਾ ਸੋਚਣ ਵਾਸਤੇ ਮਜਬੂਰ ਕਰਦੀ ਹੈ, ਜਿਹੜੇ ਬੱਚੇ ਘਰਾਂ ਦੇ ਕੋਲ ਘਰ ਦੇ ਵਿੱਚ ਰਹਿ ਕੇ ਖੁਸ਼ ਨਹੀਂ, ਹੋਸਟਲਾਂ ਦੇ ਵਿੱਚ ਜਾ ਕੇ ਉਹ ਪੜ੍ਹਨਾ ਚਾਹੁੰਦੇ ਨੇ, ਇਹ ਵੀ ਇੱਕ ਬਹੁਤ ਵੱਡੀ ਸਮੱਸਿਆ। ਅਸੀਂ ਵਿਸ਼ਾ ਸਾਂਝਾ ਵੀ ਕੀਤਾ ਸੀ, ਅੱਜ ਆਪਾਂ ਗੈਂਗਸਟਰ ਦੀ ਗੱਲ ਕਰਦੇ, ਤੁਸੀਂ ਵੀ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ ਕਾਲ ਕਰਕੇ। ਫਿਲਹਾਲ ਬ੍ਰੇਕ ਲੈਣੇ, ਦੇਖਦੇ ਰਹੋ ਜਸ ਪੰਜਾਬ। ਹਾਜ਼ਰ ਹੈ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਗੱਲ, ਅੱਜ ਥੋੜ੍ਹੀ ਜਿਹੀ ਸੰਜੀਦਾ ਚੱਲ ਰਹੀ ਹੈ, ਗੈਂਗਸਟਰ ਦੀ ਗੱਲ ਚੱਲ ਰਹੀ ਆ, ਤਾਂ ਮੈਨੂੰ ਇੱਕ ਗੱਲ ਕਿਤੇ ਆ ਗਈ ਸਾਡੇ ਮੈਨੂੰ ਕਿ ਸਾਰਿਆਂ ਨੂੰ ਇਹ ਚੀਜ਼ ਵਾਪਰੀ ਹੋਣੀ ਆ। ਸਾਡੇ ਕੈਨੇਡਾ ਤੋਂ ਦੋਸਤ ਇੱਕ ਦੱਸਦੇ ਸੀਗੇ ਅਤੇ ਕਹਿੰਦੇ ਪੰਜਾਬ ਦੇ ਵਿੱਚ ਗੈਂਗਸਟਰ ਅਤੇ ਗੁੰਡਾਗਰਦੀ ਦੋਨੋਂ ਬਹੁਤ ਵੱਧ ਗਈ ਆ। ਉਹ ਦੱਸਦੇ ਸੀ ਕਹਿੰਦੇ ਵਿਆਹ ਜਾਣ ਦਾ ਕਿਤੇ ਮੌਕਾ ਮਿਲਿਆ, ਇੱਕ ਬੰਦਾ ਸਟੇਜ 'ਤੇ ਚੜ੍ਹ ਕੇ ਔਰਕੈਸਟਰਾ ਵਾਲਿਆਂ ਦੇ ਵਿੱਚ ਗੋਲੀਆਂ ਚਲਾਈ ਜਿਵੇਂ, ਕਹਿੰਦਾ ਮੈਂ ਪੁਲਿਸ ਵਾਲੇ ਵੀ ਉੱਥੇ ਕੋਈ ਉਹਨੂੰ ਰੋਕੇ ਨਾ, ਸਾਰੇ ਆਪੋ ਆਪਣੇ ਲੱਗੇ ਹੋਏ ਖਾਣ ਪੀਣ ਕੋਈ ਕੁਛ ਕਰਨ ਅਤੇ ਉਹਨੂੰ ਕੋਈ ਰੋਕੇ ਹੀ ਨਾ। ਉਹ ਕਹਿੰਦਾ ਮੈਨੂੰ ਬੜਾ ਮਹਿਸੂਸ ਹੋਇਆ ਅਤੇ ਮੈਂ ਜਾ ਕੇ ਸਟੇਜ 'ਤੇ ਉਹਨੂੰ ਜੱਫੀ ਪਾ ਕੇ ਕਿਹਾ ਵੀ ਭਰਾ ਇਹ ਕੰਮ ਨਾ ਕਰ, ਕਿਸੇ ਨਾ ਐਵੇਂ 19-21 ਹੋ ਜੂ ਅਤੇ ਤੂੰ ਨਾ ਇਹ ਗੋਲੀਆਂ ਇਸ ਤਰ੍ਹਾਂ ਚਲਾ। ਉਹ ਕਹਿੰਦਾ ਵੀ ਤੂੰ ਜਾਣਦਾ ਨਹੀਂ ਮੈਨੂੰ, ਨਵਾਂ ਆਇਆ ਲੱਗਦਾ। ਕਹਿੰਦਾ ਵੀ ਮੈਂ ਕੈਨੇਡਾ ਤੋਂ ਹਾਂ ਆ ਤਾਂ ਹੀ, ਕਹਿੰਦਾ ਤਾਂ ਹੀ ਅਤੇ ਮੇਰਾ ਤਾਂ ਕਹਿੰਦਾ ਨਾ ਹੀ ਪਿਸਟਲ ਮੈਨ ਆ ਜਿਹਨੂੰ ਮਰਜ਼ੀ ਪੁੱਛ ਲਈ, ਅਤੇ ਮੈਨੂੰ ਨਹੀਂ ਕੋਈ ਰੋਕ ਸਕਦਾ, ਜਿਹੜਾ ਕੋਈ ਮੈਨੂੰ ਰੋਕੂਗਾ ਉਹਦਾ ਆਪਦਾ ਹੀ, ਉਹਨੂੰ ਆਪਣਾ ਸੋਚਣਾ ਪੈਣਾ। ਹਾਂ ਤੂੰ ਆ ਮੇਰਾ ਕਾਰਡ ਰੱਖ ਆਈ ਕਹਿੰਦੇ ਤੈਨੂੰ ਐਸ਼ ਕਰਾਵਾਂਗੇ ਤੇਰੀ ਪੂਰੀ। ਆਹ ਹਾਲ ਇੰਡੀਆ ਦੇ ਵਿੱਚ ਹੈਗਾ, ਔਰ ਕਾਰਨ ਕੀ ਜੇ ਪੁਲਿਸ ਵੀ ਉੱਥੇ ਆ ਅਤੇ ਪੱਕਾ ਉਹ ਕਿਸੇ ਲੀਡਰ ਦਾ ਬੰਦਾ ਹੋਏਗਾ। ਕੱਲ੍ਹ ਨਾਲ ਸਿਲਸਿਲਾ ਸ਼ੁਰੂ ਕਰਦੇ ਅੱਗੇ ਅਤੇ ਨਾਲ ਦੀ ਨਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਣਾ ਸਰਦਾਰ ਸੁੰਦਰ ਸਿੰਘ ਜੀ। ਹਾਂਜੀ ਸਰਦਾਰ ਜਗਤਾਰ ਸਿੰਘ ਜੱਗੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਹਾਂਜੀ ਅੱਜ ਗੱਲ ਚੱਲਦੀ ਗੈਂਗਸਟਰਾਂ ਦੀ, ਜਿਹੜੀ ਮਾਰਦੇ ਮੁੰਡੇ ਮਾਰ ਜਾਂ ਜਿਹੜੇ ਮਾਰੇ ਆ ਜਾਂ ਜਿਹੜੇ ਬਣਦੇ ਨੇ ਜਾਂ ਉਧਰਲੇ ਪਾਸੇ ਜਾਂਦੇ ਨੇ ਜਿਹੜੇ ਵਿਚਾਰੇ, ਜਾਂ ਬਹੁਤ ਇਹ ਇਕੱਲੇ ਇਹ ਨਹੀਂ ਹੈਗੇ ਮੇਰੇ ਖਿਆਲ, ਆਪਾਂ ਨੂੰ ਪਿਛਲੇ ਸਮੇਂ ਦੇ ਵਿੱਚ ਆਹ 5-4 ਸਾਲ ਦੇ ਵਿੱਚ ਤਾਂ ਬਹੁਤ ਮਾਰੇ ਗੈਂਗਸਟਰ ਇਹਨਾਂ ਨੇ। ਹਾਂਜੀ ਇਹ ਇਹਨਾਂ ਦੀ ਪਦੈਸ਼ ਹੈ, ਜਿੱਦਾਂ ਉਦੋਂ 84 'ਚੋਂ ਕੀ ਕਹਿੰਦੇ ਹੁੰਦੇ ਸੀ ਕੈਟ, ਖਰਾ ਕੈਟ ਕਹਿੰਦੇ ਹੁੰਦੇ ਸੀ, ਹਾਂਜੀ ਬਲੈਕ ਕੈਟ। ਹਾਂਜੀ ਕਲੈਟ, ਉਹਨਾਂ ਤੋਂ ਪਹਿਲਾਂ ਕੰਮ ਲੈ ਕੇ ਨਾਲ ਦੇ ਬੰਦੇ ਫੜ ਕੇ, ਜਦੋਂ ਉਹ ਮੁੱਕ ਜਾਂਦੇ ਸੀ ਉਹਨਾਂ ਤੋਂ ਫੜਾਉਣੋਂ ਬੰਦ ਹੋਏ ਉਦੋਂ ਉਹਨਾਂ ਨੂੰ ਵੀ ਮਾਰ ਦਿੰਦੇ ਸੀ। ਇਹ ਤਾਂ ਆਮ ਹੀ ਆ, ਉੱਥੇ ਬੜਾ ਬੁਰਾ ਹਾਲ ਆ। ਇਹਦਾ ਤਾਂ ਕੀ ਹੱਲ ਹੋ ਸਕਦਾ ਇਹਦਾ, ਜਿਹੜਾ ਬੰਦਾ ਹੁਣ ਫਸ ਹੀ ਗਿਆ, ਮੰਨ ਲਓ ਲਾਲਚ 'ਚ ਫਸ ਗਿਆ, ਗਲਤੀ ਨਾਲ ਫਸ ਗਿਆ, ਅਤੇ ਉਹ ਕਿਵੇਂ ਬਾਹਰ ਆ ਸਕਦੇ ਫਿਰ? ਬਸ ਕੋਈ ਟਾਵਾਂ ਜਿੱਦਾਂ ਹੁਣ ਲੱਖਾਂ ਜਾਂ ਹੋਰ ਇੱਕ ਦੋ ਮੁੰਡੇ ਨਿਕਲੇ ਆ, ਨਹੀਂ ਤਾਂ ਫਿਰ ਫਸੇ ਹੀ ਜਾਂਦੇ ਜੀ, ਕਿਉਂਕਿ ਇਹਨੇ ਜਾਲ ਹੀ ਇੱਦਾਂ ਦੇ ਪਛਾਣਦੇ ਆ। ਪਹਿਲਾਂ ਉਹਨਾਂ ਨੂੰ ਕੰਮ ਇੰਨੇ ਕੁ ਪੁੱਠੇ ਕਰਾ ਲੈਂਦੇ ਆ, ਮੁੜ ਕੇ ਉਹ ਦਲੇਰ ਕਰ ਦਿੰਦੇ, ਦਲੇਰ ਤਾਂ ਫਿਰ ਹੋਣੇ, ਜਦੋਂ ਹੁਣ ਆਪਣੇ ਵਰਗੇ ਨੂੰ ਉੱਥੇ ਤੁਰੇ ਜਾਂਦੇ ਨੂੰ ਵੀ ਪੁਲਿਸ ਘੇਰ ਲੈਂਦੀ, ਆਪਾਂ ਡਰਦੇ ਆ। ਇਹਨਾਂ ਨੂੰ ਫਿਰ ਜਦ ਕਿਸੇ ਨੇ ਪੁੱਛਣਾ ਹੀ ਨਹੀਂ, ਇਹ ਫਿਰ ਦਲੇਰ ਹੋ ਜਾਂਦੇ ਆ, ਦਲੇਰ ਤਾਂ ਹੋ ਜਾਂਦੇ ਆ ਕੋਈ ਪੁੱਛਣ ਵਾਲਾ ਰਹਿ ਨਹੀਂ
ਮੰਤਰੀਆਂ ਸੰਤਰੀਆਂ ਦੇ ਹੱਥ ਹੁੰਦੇ, ਜਿੱਧਰ ਨੂੰ ਮਰਜ਼ੀ ਜਾਣ, ਜਿੱਧਰ ਮਰਜ਼ੀ ਗੋਲੀਆਂ ਚਲਾਉਣ, ਕੋਈ ਪੁੱਛਣ ਵਾਲਾ ਦਲੇਰੀ ਤਾਂ ਆਪੇ ਆ ਜਾਂਦੀ ਫਿਰ ਬੰਦੇ 'ਚ, ਫਿਰ ਦਲੇਰ ਜਦੋਂ ਹੋ ਜਾਂਦੇ ਫਿਰ ਪਿੱਛੇ ਨਹੀਂ ਮੁੜਦੇ, ਪਿੱਛੇ ਨਹੀਂ ਮੁੜਦੇ ਫਿਰ ਦੇਖ ਲਓ ਫਿਰ ਮਾਂ ਪੇ ਵੀ ਮਗਰ ਤੰਗ ਹੁੰਦੇ, ਭੈਣਾਂ ਭਰਾ ਵੀ ਵਿਚਾਰੇ, ਸਾਰਾ ਖਾਨਦਾਨ ਹੀ ਫਿਰ ਟੰਗਿਆ ਜਾਂਦਾ ਜੀ। ਨਹੀਂ ਇਹਦਾ ਹੱਲ ਕੋਈ ਲੱਗਦਾ ਸੁਰਿੰਦਰ ਸਿੰਘ ਜੀ ਤੁਹਾਨੂੰ, ਜੇ ਬੰਦਾ ਹੁਣ ਫਾਂਸੀ ਗਿਆ ਤਾਂ ਕਿਵੇਂ ਫਿਰ ਬਾਹਰ ਆ ਸਕਦਾ, ਕੀ ਉਹਨੂੰ ਕਰਨਾ ਚਾਹੀਦਾ ਕੁਛ? ਹੱਲ ਹੈਗਾ ਜੀ, ਜੇ ਹੁਣ ਲੀਡਰ ਚਾਹੁਣ, ਲੀਡਰ ਚਾਹੁੰਦੇ ਨਹੀਂ, ਹੁਣੇ ਮੁੰਡੇ ਫੜ ਕੇ ਮਾਰੇ ਆ। ਆਹੋ ਇੱਕ ਛੋਟੇ ਜਿਹੇ ਕਮਰੇ ਸੀਗੇ ਉਹ ਦੋਨੋਂ, ਤਾਂ ਛੋਟਾ ਜਿਹਾ ਕਮਰਾ ਸੀ, ਰਾਤ ਦਾ ਟਾਈਮ ਸੀ, ਕੱਛੇ ਬਣਾਉਣਾ ਚੋਂ ਪਏ ਸੀਗੇ, ਭੱਜਣ ਭੁੱਜਣ ਵਾਲਾ ਤਾਂ ਕੰਮ ਹੀ ਕੋਈ ਨਹੀਂ ਮੁਕਾਬਲੇ ਵਾਲਾ। ਤੁਸੀਂ ਕਦੇ ਵੀ ਦੇਖਿਓ ਕੋਈ ਲੀਡਰ ਜੇਲ੍ਹ ਚੋਂ ਬਾਹਰ ਆਊਗਾ, ਉਹ ਵੀ ਸਮਝੌਤਾ ਹੋ ਕੇ ਆਊਗਾ ਜੀ, ਇਹ ਅਨਕਾਊਂਟਡ ਹੋਊਗਾ, ਇਹ ਵੀ ਫੜ ਕੇ ਹੋਊਗਾ, ਕੋਈ ਕਿਤੇ ਮੁਕਾਬਲਾ ਇੱਕ ਅੱਧਾ ਹੋਇਆ ਹੋਊ ਤਾਂ ਪਤਾ ਨਹੀਂ। ਲੀਡਰ ਕੀ ਕੋਈ ਵੀ ਜਿਹੜਾ ਬੰਦਾ ਬਾਹਰ ਤੋਂ ਆਉਂਦਾ, ਚਾਹੇ ਅਸੀਂ ਦੀਪ ਸਿੱਧੂ ਦੀ ਗੱਲ ਕਰ ਲਈਏ ਚਾਹੇ ਕਿਸੇ ਦੀ ਗੱਲ ਕਰ ਲਈਏ, ਕੋਈ ਹੋਵੇ ਜੀ, ਸਾਰੇ ਸਮਝੌਤਾ ਹੋ ਕੇ ਅੰਦਰੋਂ ਨਿਕਲਦੇ ਆ ਇਹ। ਬਾਕੀ ਇਹ ਵੀ ਸਾਰਾ ਇਹ ਸਿਆਸਤ ਨੇ ਜੱਗੀ, ਚਲੋ ਸਿਆਸਤਾਂ ਤਾਂ ਸਾਰੇ ਮੁਲਕਾਂ ਦੀਆਂ, ਇੱਥੇ ਹੁਣ ਦਿਲੋਂ ਪੁਲਿਸ ਦਖਲ ਨਹੀਂ ਦਿੰਦੀ ਸਿਆਸਤ ਨਾ, ਸਾਡੇ ਤਾਂ ਬੇੜਾ ਹੀ ਗਰਕ ਹੋ ਗਿਆ, ਉਹ ਤਾਂ ਸਿਆਸਤ ਨੇ ਸਭ ਕੁਝ ਖਤਮ ਕਰਤਾ, ਉਹ ਤਾਂ ਮਤਲਬ ਇਹਨਾਂ ਦੇ ਪਤਾ ਨਹੀਂ ਰੱਬ ਕਦੋਂ ਇਹਨਾਂ ਦੇ ਮਿਹਰ ਮਨ ਚ ਪਾਊਗਾ, ਇਹਨਾਂ ਦੀ ਬੇੜੀ ਤਰ ਜਾਏ ਇਹਨਾਂ ਦੀ ਕਿਸੇ ਤਰ੍ਹਾਂ, ਇਸ ਤਰ੍ਹਾਂ ਨੇ ਮੈਂ ਸਾਲਾਂ ਦੇ ਵੀ ਹੋ ਕੇ ਹਟਦੇ ਨੀ ਸਿਆਸਤ ਕਰਨ, ਉਹ ਬੇੜੀ ਬਿਠਾਲਤੀ ਆ ਬੂਟਾਂ 'ਚ, ਉਹਦੀ ਚੰਗੇ ਕੰਮ ਕਰੋ ਉੱਦਾਂ ਤੁਹਾਨੂੰ ਲੋਕ ਵੋਟਾਂ ਪਾਊਗੇ, ਚੰਗੇ ਲੋਕਾਂ ਦੀ ਭਲਾਈ ਦੇ ਕੰਮ ਕਰੋ, ਪਰ ਲੋਕ ਵੀ ਜੱਗੀ ਉੱਥੇ ਇੱਦਾਂ ਦੇ ਹੀ ਆ, ਤੂੰ ਦੇਖ ਲਈ ਬਸ਼ੱਕ, ਤੂੰ ਪੰਚੀ ਲੈ ਖੜ ਕੇ ਦੇਖ ਲੈ ਜਾ ਕੇ, ਤੂੰ ਇੱਥੋਂ ਚੱਲ ਚੱਲਦਾ ਵੀ ਮੈਂ 25 ਲੱਖ ਪਿੰਡ ਤੇ ਲਾਉਣਾ, ਤੇਰੀਆਂ ਬੀਹਾਂ ਨੇ ਲੱਤਾਂ ਖਿੱਚਣ ਤੁਰ ਪੈਣਾ, ਐ ਨੀ ਕਰਨਾ ਜੀ ਅਸੀਂ ਆਪਣੇ ਦਰਾਂ ਮੂਹਰੇ ਬਣਾਉਣਾ, ਉੱਥੇ ਨੀ ਬਣ ਦੇਣਾ, ਉੱਥੇ ਸਿਸਟਮ ਹੀ ਸਾਰਾ ਵਿਗੜ ਗਿਆ ਨਾ, ਤੇ ਉੱਥੇ ਦੀਆਂ ਫਿਰ ਮਾਵਾਂ ਕਹਿੰਦੀਆਂ, ਕਹਿੰਦਾ ਵਿਸ਼ ਦੇ ਵੇਖ ਘਰਾਂ ਵਿੱਚ 70 ਬੰਦਾ ਖਾ ਜਾਂਦਾ ਹੈ ਚੱਕਰ, ਹੁਣ ਤਾਂ ਰੱਖ ਦਿਲਾਂ ਤੇ ਪੱਥਰ, ਮਾਵਾਂ ਕਹਿਣ ਪੰਜਾਬ ਦੀਆਂ, ਪੁੱਤਰੋ ਤੁਰ ਜਾਓ ਮੁਲਕ ਬਗਾਨੇ ਬਚਾ ਕੇ ਜਾਣਾ ਆਪ ਦੀਆਂ, ਇੱਥੇ ਕੀ ਹੁਣ ਵਰਤਾਰੇ ਬਣ ਗਏ ਆਪਣੇ ਹੀ ਹਥਿਆਰੇ, ਨਾ ਸੁਣਵਾਈ ਦਰਬਾਰੇ ਉਲਝੀ ਪਛਤਾਣੀ ਏ, ਰਾਜੇ ਸ਼ੀ ਮੁਕੱਦਮ ਕੁੱਤਿਆਂ ਵਾਲੀ ਬਣੀ ਕਹਾਣੀ ਏ, ਹਰ ਥਾਂ ਜਾਂਦੀ ਏ ਗੱਲ ਛੇੜੀ, ਜਵਾਨੀ ਹੋਈ ਫਿਰੇ ਨਸ਼ੇੜੀ, ਆਪੇ ਫਿਰਦੇ ਮੌਤ ਸਹੇੜੀ, ਦਿਨ ਕਹਿਰ ਪਈ ਢਾਉਂਦੀ ਆ, ਪੁੱਤ ਦੀ ਅਰਥੀ ਪਿਓ ਦੇ ਮੋਢੇ, ਸੁਣ ਸੁਣ ਰੂਹ ਕੰਬ ਜਾਂਦੀ ਆ, ਫਿਰਦੇ ਦਰ ਦਰ ਡਿਗਰੀਆਂ ਚੱਕੀ ਮਿਲਦੀ ਜੋਬ ਨਾ ਕਿਧਰੇ ਪੱਕੀ, ਸਗੋਂ ਜਾਣ ਜੇਲ੍ਹਾਂ ਵਿੱਚ ਡੱਕੀ, ਝੂਠੇ ਕੇਸ ਬਣਾਉਂਦੇ ਆ, ਜੇ ਕੋਈ ਹੱਕ ਲੈਣ ਲਈ ਬੋਲੇ ਤਾਂ ਫਿਰ ਡਾਂਗ ਬਣਾਉਂਦੇ ਆ, ਹਾਲ ਬਾਰੀ ਹੋਈ ਜਾਂਦੇ ਸਭ ਆਪਣੇ, ਰੋਣੇ ਰੋਈ ਜਾਂਦੇ ਮੋਹਰੀ ਘਰਾਂ ਦੇ, ਆਪੇ ਮੋਈ ਜਾਂਦੇ, ਤੰਗੀ ਤੱਕ ਨਾ ਹੋਏ ਪਰਿਵਾਰਾਂ ਦੀ, ਹਰ ਗਲੀ ਮਹੱਲੇ ਚਰਚਾ, ਕਦੋਂ ਟੁੱਟੂ ਨੀਂਦ ਸਰਕਾਰਾਂ ਦੀ, ਆਗੂ ਜਾਣ ਬੁੱਝ ਮਕਾਰ ਬਣੇ ਨੇ, ਝੂਠੇ ਗੱਪੀਆਂ ਦੇ ਸਰਦਾਰ ਬਣੇ ਨੇ, ਕੌਮ ਆਪਣੀ ਹੀ ਦੇ ਗਦਾਰ ਬਣੇ ਨੇ, ਕਹਿੰਦੇ ਕਿਤੇ ਰੁੱਸ ਨਾ ਜਾਵੇ ਦਿੱਲੀ, ਤੂੜ ਬੋਲੀ ਬੋਲਣ ਗਹਿਰਾਂ ਦੀ, ਲਾ ਸ਼ਰਮਾਂ ਟੰਗੀਆਂ ਕਿੱਲੀਏ, ਤਾਂ ਬੋਲੀ ਬੋਲਦੇ ਗਹਿਰਾਂ ਦੀ, ਲਾ ਸ਼ਰਮਾਂ ਟੰਗੀਆਂ ਕਿੱਲੀ। ਬਹੁਤ ਮਿਹਰਬਾਨੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ। ਹਾਂ ਜੀ, ਸਰਦਾਰ ਜਗਤਾਰ ਸਿੰਘ ਜੀ, ਸਤਿ ਸ੍ਰੀ ਅਕਾਲ। ਪਹਿਲਾਂ ਤਾਂ ਮੈਂ ਸੌਰੀ ਆ, ਮੇਰਾ ਫੋਨ ਥੋੜਾ ਜਿਹਾ ਪਰੇ ਪਿਆ ਸੀ। ਜੀ ਜੀ, ਕੋਈ ਨਹੀਂ, ਤੁਹਾਡੀ ਕਾਲ ਆਈ ਸੀ, ਮਿਸ ਕੀਤੀ ਮੈਂ। ਹਾਂ, ਮੈਂ ਕਿਹਾ ਚਲੋ। ਤੇ ਅੱਛਾ, ਅੱਜ ਤੁਸੀਂ ਗੈਂਗਸਟਰਾਂ ਦੀ ਗੱਲ, ਹਾਂ ਜੀ, ਤੇ ਭਗਤ ਕਬੀਰ ਜੀ ਦੀ ਕੋਈ ਜਾਣਕਾਰੀ ਹੈ ਤਾਂ ਉਹ ਵੀ ਸਾਂਝੀ ਕਰ ਸਕਦੇ ਜੀ ਸਾਡੇ ਦਰਸ਼ਕਾਂ ਨਾਲ, ਅੱਜ ਉਹਨਾਂ ਦਾ ਜਨਮ ਦਿਹਾੜਾ। ਭਗਤ ਕਬੀਰ ਜੀ, ਉਹਨਾਂ ਦਾ ਜਨਮ ਕਾਸ਼ੀ ਦੇ ਵਿੱਚ ਹੋਇਆ ਸੀ, 14 ਜੂਨ ਦੱਸਦੇ ਸੀ, 24 ਜੂਨ। ਉਹ ਤਾਂ ਉਹਨਾਂ ਦੀ ਜਿਹੜੀ ਵਾਈਫ ਸੀ ਉਹ ਲੋਹੀ ਸੀ, ਤੇ ਉਹਨਾਂ ਦੇ ਜਿਹੜੇ ਬੱਚੇ ਸੀ, ਇੱਕ ਲੜਕਾ ਤੇ ਇੱਕ ਲੜਕੀ, ਤੇ ਮੈਨੂੰ ਹੁਣ ਉਹਨਾਂ ਦੇ ਨਾਂ ਤਾਂ ਕਈ ਵਾਰੀ ਯਾਦ ਆ ਰਹੇ। ਹਾਂਜੀ ਹਾਂਜੀ, ਕੋਈ ਨੀ, ਹਾਂਜੀ ਆਪਾਂ ਗੱਲ ਕਰੋ। ਉਹਨਾਂ ਨੇ ਉਹਨਾਂ ਦੇ 1200 ਤੋਂ ਵੱਧ ਸ਼ਲੋਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਨੇ, ਪਰ ਇਹ ਹੋਏ ਨੇ 12ਵੀਂ ਸਦੀ ਦੇ ਵਿੱਚ ਹੋਏ ਨੇ। 1200 ਹੈਗੇ ਜਾਂ 243, ਮੈਂ ਸੁਣਿਆ ਜਿੱਥੇ ਪੜ੍ਹਿਆ ਕਿਤੇ। ਕਾਸ਼ੀ ਜਾਂ ਬਨਾਰਸ ਕਹਿ ਲੋ, ਉੱਥੇ ਰਹਿੰਦੇ ਰਹੇ ਨੇ, ਅੱਜ ਵੀ ਇਹਨਾਂ ਦੀ ਕਬੀਰ ਪੰਥੀਆਂ ਦੀ ਗੱਡੀ ਉੱਥੇ ਕਾਇਮ ਹੈ। ਅੱਛਾ ਜੀ, ਇਹਨਾਂ ਦੇ ਸ਼ਲੋਕ ਤਾਂ ਤੁਸੀਂ ਚਾਹੇ ਬਾਰ ਬਾਰ ਪੜ੍ਹੀ ਚੱਲੋ, ਕਿੰਨੇ ਬਹੁਤ ਸ਼ਾਨਦਾਰ ਸ਼ਲੋਕ ਨੇ। ਤੇ ਮੈਂ ਹੁਣ ਗੈਂਗਸਟਰਾਂ ਦੀ ਗੱਲ ਕਰਨੀ ਚਾਹੁੰਦਾ। ਇੰਡੀਆ ਤੇ ਇੱਥੇ ਦੇ ਗੈਂਗਸਟਰਾਂ ਦਾ ਫਰਕ ਹੈ ਜੀ। ਉੱਥੇ ਗੈਂਗਸਟਰ ਨੇ ਜਿਹੜੇ ਉਹ ਲੀਡਰ ਪੈਦਾ ਕਰਦੇ ਆ, ਬੇਰੁਜ਼ਗਾਰੀ ਤੋਂ ਤੰਗ ਆ ਕੇ ਉਹ ਲੀਡਰਾਂ ਦੇ ਚੱਕਰਾਂ 'ਚ ਆ ਜਾਂਦੇ ਨੇ ਤੇ ਗੈਂਗਸਟਰ ਬਣ ਜਾਂਦੇ ਨੇ ਜਾਂ ਡਾਕੇ ਮਾਰਦੇ ਨੇ। ਇੱਥੇ ਜਿਹੜੇ ਗੈਂਗਸਟਰ ਨੇ, ਇਹ ਜਿਹੜੇ ਗੈਂਗਸਟਰ ਆ, ਪਹਿਲੀ ਗੱਲ ਤਾਂ ਇਹ ਵੀ ਹੁਣ ਤੁਸੀਂ ਗੱਲ ਕਰਦੇ ਸੀ ਨਾ ਵੀ ਨੇੜੇ ਕਾਲਜ ਯੂਨੀਵਰਸਿਟੀ 'ਚ ਐਡਮਿਸ਼ਨ ਦਵਾਉਣੀ ਚਾਹੀਦੀ ਆ, ਪਰ ਪ੍ਰੋਬਲਮ ਬੱਚਿਆਂ ਨੂੰ ਇਹ ਆਉਂਦੀ ਆ, ਮੇਰੀ ਲੜਕੀ ਨੇ ਵੀ ਦੂਰ ਜਾ ਕੇ ਐਡਮਿਸ਼ਨ ਲਈ ਸੀ, ਨੇੜੇ ਐਡਮਿਸ਼ਨ ਨਹੀਂ ਮਿਲਦੀ ਕਈ ਵਾਰ। ਅੱਛਾ, ਇਹ ਵੀ ਹੈਗਾ।
ਨਹੀਂ ਚਲੋ ਇਹ ਇੱਕ ਅਲੱਗ ਚਲੋ ਹੈਗਾ ਜੀ, ਆਪਾਂ ਸਾਰੇ ਬੱਚਿਆਂ ਦੀ ਗੱਲ ਨਹੀਂ ਕਰਦੇ, ਪਰ ਕੁਛ ਇੱਕ ਬੱਚੇ ਐਸੇ ਨੇ ਜਿਹੜੇ ਕਾਫੀ ਬੱਚੇ ਐਸੇ ਨੇ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੇ ਕਹਿੰਦੇ ਵੀ ਅਸੀਂ ਘਰ ਤੋਂ ਦੂਰ ਵਾਲੇ ਕਾਲਜ ਹੀ ਐਡਮਿਸ਼ਨ ਲੈਣੀ। ਪਰ ਮਾਂ ਬਾਪ ਨੂੰ ਤਾਂ ਕੁਛ ਨਾ ਕੁਛ ਤਾਂ ਪਤਾ ਹੁੰਦਾ ਹੀ ਆ ਵੀ ਮੇਰਾ ਨਿਆਣਾ ਕਿਸ ਟਾਈਪ ਦਾ ਵਾ, ਪੜ੍ਹਾਈ ਦੇ ਵਿੱਚ ਕਿਸ ਤਰ੍ਹਾਂ ਦਾ, ਕਿਹਨਾਂ ਦੇ ਨਾਲ ਉਹਨਾਂ ਦੀ ਫਰੈਂਡਸ਼ਿਪ ਆ। ਮੇਰੇ ਬੱਚੇ ਆ, ਮੈਨੂੰ ਤਾਂ ਪਤਾ ਵੀ ਇਹਨਾਂ ਦੀ ਫਰੈਂਡਸ਼ਿਪ ਕਿਹਨਾਂ ਦੇ ਨਾਲ ਆ। ਫਰੈਂਡਸ਼ਿਪ ਦੇਖਣੀ ਚਾਹੀਦੀ ਆ ਵੀ ਮਾੜੇ ਬੱਚਿਆਂ ਨਾਲ ਆ ਜਾਂ ਚੰਗੇ ਬੱਚਿਆਂ ਨਾਲ, ਕਿੰਨਾ ਬਹਿੰਦੇ ਹੋਣਗੇ। ਠੀਕ ਹੈ, ਹਾਂਜੀ, ਅਸੀਂ ਹੁਣ ਇਹਨਾਂ ਦੇਸ਼ਾਂ 'ਚ ਰਹਿੰਦੇ ਹਾਂ, ਸਾਨੂੰ ਇਹਨਾਂ ਦੇਸ਼ਾਂ ਬਾਰੇ ਜ਼ਿਆਦਾ ਪਤਾ ਹੋਣਾ ਚਾਹੀਦਾ। ਜੱਗੀ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਾਂ, ਸਾਡੇ ਬ੍ਰਹਮਪੁਰ ਦੇ ਵਿੱਚ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀ, 20 ਦੇ ਕਰੀਬ ਆਪਣੇ ਪੰਜਾਬੀ ਬੱਚੇ ਡਰੱਗ ਦੇ ਵਿੱਚ ਫੜੇ ਗਏ। ਹਾਂਜੀ ਹਾਂਜੀ ਹਾਂਜੀ, ਹਾਂ, ਹੁਣ ਹੁਣ 10 ਕੁ ਦਿਨ ਦੀ ਗੱਲ ਆ, 36 ਹੋਰ ਫੜੇ ਗਏ ਨੇ, ਜਿਹਨਾਂ ਦੇ ਵਿੱਚੋਂ ਉਹ ਮੈਂ ਬੱਚੇ ਨਹੀਂ ਕਹਿ ਸਕਦਾ ਉਹਨਾਂ ਨੂੰ, ਕਿਉਂਕਿ ਉਹ ਤਾਂ 40-45 ਸਾਲ ਦੇ ਆਦਮੀ ਨੇ ਜੀ, ਤੇ 10 ਫਿਰ ਸਾਡੀ ਕਮਿਊਨਿਟੀ ਦੇ, ਕੋਈ 40 ਸਾਲ ਦਾ, ਕੋਈ 45 ਸਾਲ ਦਾ, ਕੋਈ 32 ਸਾਲ ਦਾ, ਏਦਾਂ ਦੇ ਫੜੇ ਗਏ ਨੇ। ਡਰੱਗ ਕਰਨ ਵਾਲਿਆਂ ਸੀ ਜਾਂ ਵੇਚਣ ਵਾਲੇ ਸੀ? ਡਰੱਗ ਵੇਚਣ ਵਾਲਿਆਂ ਦੇ ਵਿੱਚ, ਆ ਵੇਚਣ ਵਾਲੇ ਤਾਂ ਪਹਿਲਾਂ ਵੀ ਆਪਣੇ 60 ਬੰਦੇ ਫੜੇ ਨੇ, ਉਦੋਂ ਪਿੱਛੇ ਜੇ ਪਏ 3-4 ਮਹੀਨੇ ਦੀ ਗੱਲ, ਸਾਡੇ ਇੱਥੋਂ ਕੈਲੀਫੋਰਨੀਆ ਦੇ ਵੀ ਇੱਕ ਸੀਗੀ ਮਹਾਨ ਹਸਤੀ ਵਿੱਚ, ਇਹ ਹੁਣ ਹੁਣ 3 ਬੰਦੇ ਸੀ ਫੜੇ ਨੇ, ਔਰ ਬੜੀ ਲਾਰਜ ਅਮਾਊਂਟ ਦੇ ਵਿੱਚ ਪੁਲਿਸ ਨੇ ਉਹਨਾਂ ਕੋਲ ਡਰੱਗ ਫੜੀ ਆ, ਤੇ ਕੈਸ਼ ਮਨੀ ਵੀ 2-2.5 ਲੱਖ ਡਾਲ ਫੜਿਆ, ਤੇ ਹਥਿਆਰ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਫੜੇ ਨੇ ਜੀ। ਤੁਸੀਂ ਦੇਖੋ ਹੁਣ ਇਹ ਸਾਡੇ ਆਪਣੇ ਲੋਕ ਵੱਡੇ ਵੀ ਇੰਡੀਆ ਤੋਂ ਆ ਕੇ ਕਿੱਧਰ ਨੂੰ ਜਾ ਰਹੇ ਨੇ, ਜਿਹੜੇ ਬੜੇ ਘਰ 15-15 ਲੱਖ ਦੇ ਤੇ ਉਹ ਘਰ ਦਿੱਤੇ, ਕਿਹਨੇ ਕੀਤੇ ਨੇ? ਇਹਨਾਂ ਲੋਕਾਂ ਨੇ ਕੀਤੇ। ਇੱਕ ਦਿਨ ਦੇ ਵਿੱਚ ਅਮੀਰ ਬਣਨ ਦੀ ਲਾਲਸਾ ਰਾਤੋ ਰਾਤ, ਇੱਥੇ ਸਕੂਲਾਂ ਦੇ ਵਿੱਚੋਂ ਵੀ ਗੈਂਗਸਟਰ ਪੈਦਾ ਹੁੰਦੇ ਨੇ। ਅੱਛਾ ਜੀ, ਸਕੂਲਾਂ ਦੇ ਵਿੱਚੋਂ ਇਹ ਡਰੱਗ ਤਸਕਰ ਨੇ ਜਿਹੜੇ ਉਹਨਾਂ ਨੂੰ ਬਰਗਲਾ ਲੈਂਦੇ ਨੇ, ਆਪਣੇ ਪੰਜੇ ਦੇ ਵਿੱਚ ਫਸਾ ਲੈਂਦੇ ਆ, ਤੇ ਜਿਹੜਾ ਇਹਨਾਂ ਦੇ ਪੰਜੇ ਦੇ ਵਿੱਚ ਫਸ ਗਿਆ ਉਹ ਫਿਰ ਨਿਕਲਣਾ ਬੜਾ ਮੁਸ਼ਕਲ ਆ। ਅੱਛਾ ਜੀ, ਤੇ ਜਾਂ ਤਾਂ ਜੇ ਕਿਤੇ ਪੁਲਿਸ ਨੇ ਆ ਕੇ ਰਾਤ ਨੂੰ ਛਾਪਾ ਮਾਰ ਕੇ ਫੜ ਲਿਆ, ਫਿਰ ਤਾਂ ਜੇਲ੍ਹ ਹੋਣੀ ਆ ਜੀ, ਤੇ ਫਿਰ ਵੀ ਇਹ ਗਏ, ਤੇ ਜੇ ਕਿਤੇ ਨਿਕਲਣ ਦੀ ਕੋਸ਼ਿਸ਼ ਕੀਤੀ ਫਿਰ ਤੁਹਾਨੂੰ ਪਤਾ ਇੱਧਰ BC ਵੱਲ ਕਿੰਨੀ ਵਾਰੀ ਗੈਂਗਸਟਰ ਬਾਰ ਹੋਈ ਆ। ਹਾਂਜੀ ਹਾਂਜੀ, ਲੜਾਈਆਂ ਝਗੜੇ ਕਿੰਨੇ ਮੁੰਡੇ ਸਾਡੇ ਨੌਜਵਾਨ ਮਰੇ ਨੇ ਗੋਲੀਆਂ ਮਾਰ ਮਾਰ ਕੇ ਇੱਕ ਦੂਜੇ ਨਾਲ, ਤੇ ਸਾਡੇ ਤਾਂ ਇੱਥੇ ਵੀ ਕਾਫੀ ਗੱਲਾਂ ਹੁੰਦੀਆਂ ਨੇ, ਅਸੀਂ ਮੀਡੀਆ ਤੇ ਵੀ ਆਪਣੇ ਪੰਜਾਬੀ ਗੱਲਾਂ ਕਰਦੇ ਆ ਵੀ ਕਿਤੇ ਇੱਥੇ ਵੀ ਗੈਂਗਸਟਰ ਬਾਰ ਨਾ ਲੱਗ ਜਾਵੇ ਸਾਡੇ ਬੱਚਿਆਂ 'ਚ। ਅੱਛਾ, ਹੋ ਸਕਦਾ ਇਹ ਵੀ ਚਾਂਸ ਲੱਗਦੇ ਨੇ ਜੀ ਇਧਰ ਵੀ, ਹੋ ਸਕਦਾ ਜੀ। ਇਸ ਤਰ੍ਹਾਂ ਹੁਣ ਹਰ ਰੋਜ਼ ਫੜੋ ਫੜੀ ਹੋ ਰਹੀ ਆ, ਗੈਂਗਸਟਰ ਆਉਣਗੇ ਤੇ ਕੋਈ ਆਪਸ ਵਿੱਚ ਵੀ ਲੜਨਗੇ, ਤੇ ਕਈ ਜਦੋਂ ਫਿਰ ਇਹਨਾਂ ਚੋਂ ਨਿਕਲਣਾ ਬੜਾ ਔਖਾ। ਦੇਖੋ ਆਪਾਂ ਚਲੋ ਨਿਕਲਦੀ ਤੁਸੀਂ ਗੱਲ ਕੀਤੀ ਆ, ਕੀ ਕੋਈ ਤਾਂ ਹੱਲ ਹੋਏਗਾ ਜੀ ਜੇ ਬੰਦਾ ਫਸ ਗਿਆ, ਬੱਚਾ ਗਲਤੀ ਨਾਲ ਫਸ ਗਿਆ, ਲਾਲਚ ਵਿੱਚ ਫਸ ਗਿਆ, ਚਾਹੇ ਅਸੀਂ ਇੱਥੋਂ ਦੀ ਗੱਲ ਕਰੀਏ ਜਾਂ ਪੰਜਾਬ ਦੀ ਗੱਲ, ਦੋਹਾਂ ਦਾ ਫਰਕ ਹੈ। ਪੰਜਾਬ ਦੇ ਵਿੱਚ ਜੇ ਲੀਡਰਾਂ ਦੇ ਸਕੰਜੇ 'ਚ ਉਹ ਕਿਵੇਂ ਨਿਕਲ ਸਕਦੇ ਬੰਦੇ, ਜੇ ਇੱਥੇ ਬੱਚੇ ਫਸੇ ਨੇ ਤਾਂ ਬੱਚੇ ਇੱਥੋਂ ਕਿਵੇਂ ਸੋਸਾਇਟੀ ਉਹਨਾਂ ਚੇਂਜ ਹੋ ਸਕਦੀ ਹੈ? ਇਹੀ ਹੋ ਸਕਦਾ ਜਦੋਂ ਕਿਤੇ ਜੇਲ੍ਹ ਤੋਂ ਬਾਹਰ ਆਵੇ, ਵੈਸੇ ਤਾਂ ਨਿਕਲਣ ਦਿੰਦੇ ਨਹੀਂ, ਇਹ ਬਹੁਤ ਘੱਟ ਚਾਂਸ ਨੇ। ਜੇ ਕੋਈ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਗੈਂਗਸਟਰ ਗੋਲੀ ਮਾਰ ਦਿੰਦੇ ਆ, ਤੇ ਜਦੋਂ ਕਿਤੇ ਜੇਲ੍ਹ 'ਚੋਂ ਬਾਹਰ ਆਵੇ 5-6 ਸਾਲ ਬਾਅਦ, ਤਾਂ ਫਿਰ ਘਰ ਦੇ ਕਿਤੇ ਉਹਨੂੰ ਕਿਸੇ ਅਣਜਾਣ ਜਗ੍ਹਾ 'ਤੇ ਲੈ ਜਾਣ। ਹੁਣ ਜੇ ਕੋਈ 18-19 ਸਾਲ 20 ਸਾਲ ਦਾ ਬੱਚਾ ਹੋਵੇ, ਉਹਨੂੰ 5-6-7 ਸਾਲ ਦੀ ਸਜ਼ਾ ਹੋ ਗਈ, 27 ਸਾਲ ਦਾ ਹੋ ਗਿਆ, ਤਾਂ ਫਿਰ ਉਹਦੇ ਜਿਹੜੇ ਘਰਦੇ ਨੇ ਕਿਤੇ ਇਹੋ ਜਿਹੀ ਜਗ੍ਹਾ 'ਤੇ ਲੈ ਕੇ ਜਾਣ ਜਿੱਥੇ ਮੁੜ ਕੇ ਉਹਦੇ ਦੋਸਤਾਂ ਮਿੱਤਰਾਂ ਨੂੰ ਨਾ ਪਤਾ ਲੱਗੇ। ਪਰ ਇਹ ਲੋਕੀ ਬੜੇ ਚਲਾਕ ਹੁੰਦੇ ਨੇ, ਫਿਰ ਵੀ ਲੱਭ ਲੈਂਦੇ, ਕਈ ਵਾਰੀ ਕਈਆਂ ਆਪਣੇ ਸਾਥੀਆਂ ਨੂੰ ਲੱਭ ਕੇ ਫਿਰ ਮਾਰ ਦਿੰਦੇ। ਅੱਜ ਕੱਲ੍ਹ ਤਾਂ ਇਹ ਚੀਜ਼ ਹੈਗੀ, ਇੱਥੇ ਵੀ ਇੱਕ ਸਾਡੇ ਨੇੜੇ ਇੱਥੇ ਚੱਲੀ ਸੀ ਗੋਲੀ, ਅਤੇ ਪਹਿਲਾਂ ਤਾਂ ਉਹ ਚਲੋ ਜਿਹੜੀ ਟ੍ਰੇਨ ਦੇ ਵਿੱਚ ਸੀਗੀ ਉਹ ਪੰਜਾਬੀ ਡੈਥ ਹੋਈ ਸੀ, ਅਤੇ ਅਗਲੇ ਦਿਨ ਹੀ ਫਿਰ ਰੌਲਾ ਪੈ ਗਿਆ ਵੀ ਗੋਲੀ ਚੱਲ ਗਈ, ਗੋਲੀ ਚੱਲ ਗਈ। ਉਹ ਸੀਗੀ ਗੋਲੀ ਹੈ ਸੀਗੀ ਉੱਥੇ ਨੇੜੇ ਹੀ ਹੈ ਰੇਲਵੇ ਸਟੇਸ਼ਨ ਦੇ, ਉਹ ਸੀਗੀ ਕਿਸੇ ਗੈਂਗਸਟਰ ਨੇ ਦੂਜੇ ਗੈਂਗਸਟਰ ਨੂੰ ਮਾਰੀ ਸੀ, ਦੂਜਾ ਗੈਂਗਸਟਰ ਕਾਫੀ ਦੇਰ ਬਾਅਦ ਜੇਲ੍ਹ 'ਚੋਂ ਆਇਆ ਸੀਗਾ, ਅਤੇ ਬਾਹਰ ਨਿਕਲਦੇ ਸਾਰ ਹੀ ਉਹਨੇ ਉਸੇ ਦਿਨ ਹੀ ਗੋਲੀ ਮਾਰਤੀ ਉਹਨੂੰ। ਦੇਖੋ ਜੀ, ਮਾੜੇ ਕੰਮ ਤਾਂ ਮਾੜੇ ਕੰਮ ਹੁੰਦੇ ਨੇ, ਤੇ ਕੋਈ ਉਹ ਬੰਦਾ ਬਚਦਾ 100 ਚੋਂ 1 ਅੱਧਾ ਬੰਦਾ, ਨਹੀਂ ਤਾਂ ਫਿਰ ਇਹਨਾਂ ਦਾ ਰਿਜ਼ਲਟ ਤਾਂ ਬਹੁਤ ਮਾੜਾ ਹੀ ਹੁੰਦਾ ਜੀ। ਖਿਆਲ ਰੱਖਿਆ ਜਾਵੇ ਆਪਣੇ ਬੱਚਿਆਂ ਦਾ ਸ਼ੁਰੂ ਤੋਂ ਖਿਆਲ ਰੱਖਿਆ ਜਾਵੇ, ਤਾਂ ਬੱਚੇ ਤੁਸੀਂ ਆਪਣੇ ਕੰਟਰੋਲ ਕਰ ਸਕਦੇ ਹੋ। ਨਹੀਂ ਤਾਂ ਜੇ ਤੁਸੀਂ ਡਾਲਰ ਹੀ ਕਮਾਉਣੇ ਨੇ ਫਿਰ ਤੁਹਾਡੀ ਔਲਾਦ ਗਈ। ਬਿਲਕੁਲ ਜੀ, ਓਕੇ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ।
ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਮਾਸੀ ਜੀ। ਹਾਂਜੀ ਹਾਂਜੀ, ਪੈਰੀ ਪੈਣਾ ਜੀ, ਕੀ ਹਾਲ ਹੈ? ਕੀ ਹਾਲ ਚਾਲ ਹੈ ਜੀ? ਠੀਕ ਹੋ? ਬੱਚਿਆਂ ਦੀ ਗੱਲ, ਬੱਚਿਆਂ ਦੀ ਗੱਲ ਲੈਂਦੀ ਹੈ। ਹਾਂਜੀ ਹਾਂਜੀ, ਬਹੁਤ ਸੋਹਣਾ ਬੱਚਾ ਲਿਆਇਓ ਜੀ। ਤੇ ਮੇਰੇ ਇੱਥੇ ਦੋ ਤੇ ਤਿੰਨ ਨੇ, ਇੱਕ ਦਾ ਹੈਗਾ ਅਲੀ, ਜੋ ਬਹੁਤ ਵਧੀਆ। ਤੇ ਸਾਡੇ ਬੱਚਿਆਂ ਨੂੰ ਮਾਤਾ ਝਾੜ ਕੇ ਉਠਾ ਦਿੰਦੇ ਹੋ, ਖਬਰਦਾਰ ਹੋ ਜੇ ਕੋਈ ਮਾੜਾ ਕੰਮ ਕੀਤਾ। ਹਾਂ ਨਹੀਂ, ਇਹ ਚੀਜ਼ ਰੱਖਣੀ ਪੈਣੀ ਹੈ, ਤਾਂ ਹੀ ਜਿੰਨੀ ਕੁ ਦੇਰ ਇਹ ਚੀਜ਼ਾਂ ਹੈਗੀਆਂ, ਜਦੋਂ ਬੱਚੇ ਬਿਲਕੁਲ ਹੀ ਕਹਿਣਾ ਮਨ ਨੂੰ ਹਟ ਕੇ ਕਰਦੇ ਤਾਂ ਫਿਰ ਕੰਮ ਖਰਾਬ ਹੁੰਦਾ। ਹਾਂਜੀ, ਫਿਰ ਸਿੱਧੀ ਜੀ ਇੱਕ ਜਿਵੇਂ ਕਹਿੰਦੇ ਬਲਦੀ ਨੂੰ ਮਤਲਬ ਤੇਲ ਪਾਉਣ ਵਾਲੀ ਗੱਲ ਇਹ ਹੁੰਦੀ ਹੈ ਵੀ ਉਹਨੂੰ ਮਾੜੀ ਜੀ ਸੁਸਾਇਟੀ ਗਲਤ ਮਿਲੀ ਨਹੀਂ ਤੇ ਉਹ ਫਿਰ ਉੱਧਰ ਨੂੰ ਇੱਕਦਮ ਹੀ ਚੁੱਕ ਜਾਂਦਾ। ਚਲੋ ਚੰਗੀ ਗੱਲ ਹੈ ਜੀ, ਸਹੀ ਚਾਹੀਦਾ, ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ। ਤੁਹਾਡਾ ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ। ਮੈਂ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਬ੍ਰੇਕ ਦੇ ਉਸ ਪਾਰ ਤੋਂ ਤੁਹਾਨੂੰ ਕੱਲ੍ਹਾਂ ਹੋਰ ਲੈਣ ਦੀ ਕੋਸ਼ਿਸ਼ ਕਰਾਂਗੇ, ਸਮਾਂ ਬਚਿਆ ਤਾਂ। ਪਰ ਮੁੱਖ ਦੀ ਗੱਲ ਇਹੀ ਹੈ ਜੀ ਬੱਚਿਆਂ ਦੀ ਕਿ ਵੀ ਕੋਈ ਨਾ ਕੋਈ ਕਾਰਨ ਤਾਂ ਹੁੰਦਾ ਹੋਏਗਾ। ਜੇ ਅਸੀਂ ਗੱਲ ਕਰਦੇ ਹਾਂ ਕੋਈ ਖਾੜਕੂ ਬਣਿਆ, ਇੱਕ ਕਹਿੰਦੇ ਵੀ ਉਹ ਤਾਂ ਆ, ਉਹਨੂੰ ਜਦੋਂ ਉੱਤੇ ਬੀਤੀ ਬਹੁਤ ਵੱਡੀ ਗੱਲ, ਬਹੁਤ ਵੱਡੀ ਉਹ 'ਤੇ ਕੋਈ ਭਾਣਾ ਵਰਤਿਆ, ਕੋਈ ਸਰਕਾਰ ਨੇ ਜਿਆਦਤੀਆਂ ਕੀਤੀਆਂ, ਤਾਂ ਉਹ ਫਿਰ ਕਹਿੰਦੇ ਜੀ ਅੱਤਵਾਦੀ ਬਣ ਗਿਆ ਗੁੱਸੇ 'ਚ ਆ ਕੇ। ਪਰ ਗੈਂਗਸਟਰ ਗੁੱਸੇ ਦੇ ਵਿੱਚ ਨਹੀਂ ਬਣਦਾ, ਗੈਂਗਸਟਰ ਤਾਂ ਜਦੋਂ ਕੋਈ ਬਣੂੰਗਾ ਤਾਂ ਉਹਨੂੰ ਕੋਈ ਨਾ ਕੋਈ ਬਹੁਤ ਵੱਡੀ ਸਪੋਰਟ ਹੋਏਗੀ, ਅਤੇ ਉਹਨੂੰ ਜਦੋਂ ਗਾਣੇ ਵੀ ਇਹੋ ਜਿਹੇ ਆਉਣ ਲੱਗ ਪਏ ਪੰਜਾਬੀ ਦੇ, ਪਿੰਡ ਸਾਰਾ ਪਿਆ ਗੈਂਗਲੈਂਡ ਬਣਿਆ, ਤੂੰ ਕਹਿੰਨੀ ਚੰਨੋ ਸ਼ਹਿਰ ਗੇੜਾ ਮਾਰ ਜਾ, ਪਤਨੀ ਇਹੋ ਜਿਹਾ ਵੀ ਪਿੰਡ ਹੀ ਕਹਿੰਦਾ ਗੈਂਗਲੈਂਡ ਬਣਿਆ, ਬਹੁਤ ਸਾਰੇ ਗਾਣੇ ਵੀ ਭੜਕਾਉਂਦੇ ਨੇ ਯੂਥ ਨੂੰ ਸਾਡੇ, ਬਹੁਤ ਸਾਰੀਆਂ ਫਿਲਮਾਂ ਵੀ ਭੜਕਾਉਂਦੀਆਂ ਨੇ। ਇੱਕ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ, ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਪ੍ਰੋਗਰਾਮ ਦਾ ਸਮਾਂ ਥੋੜ੍ਹਾ ਜਿਹਾ ਹੈਗਾ, ਫਿਰ ਵੀ ਇੱਕ ਅੱਧੀ ਕਾਲ ਆਪਾਂ ਲੈ ਲੈਂਦੇ ਹਾਂ, ਜਾਣਦੇ ਹਾਂ ਤੁਹਾਡੇ ਵਿਚਾਰ ਕੀ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਰਾਜਕੁਮਾਰ ਜੀ, ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ, ਕੀ ਹਾਲ ਚਾਲ? ਸਰਦਾਰ, ਮੈਂ ਆਪਕਾ ਨਮਕ ਖਾਇਆ, ਗੋਲੀ ਵੀ ਕਹਾ। ਇਹ ਵੈਸੇ ਪਹਿਲਾਂ ਲੱਗਦਾ ਹੁੰਦਾ ਸੀ ਇਹ ਫਿਲਮਾਂ ਦੇ ਵਿੱਚ ਹੀ ਹੈ ਸਾਰਾ ਕੁਛ, ਉੱਦਾਂ ਨਹੀਂ ਹੈਗਾ, ਪਰ ਹੁਣ ਪਿਛਲੇ ਕਾਫੀ ਸਮੇਂ ਤੋਂ ਲੱਗਣ ਲੱਗ ਪਿਆ ਵੀ ਇਹ ਆਮ ਜ਼ਿੰਦਗੀ ਦੇ ਵਿੱਚ ਵੀ ਜ਼ਿਆਦਾ ਫਿਲਮਾਂ ਨਾਲੋਂ। ਇਹ ਤਾਂ ਇੱਦਾਂ ਹੀ ਹੈ ਜੀ, ਇਹ ਤਾਂ ਬਚਾ ਹੀ ਰੱਖੇ ਪਰਮਾਤਮਾ ਤਾਂ ਹੀ ਠੀਕ ਹੈ, ਬਾਕੀ ਆਪਾਂ ਕਹਿੰਦੇ ਪਰਮਾਤਮਾ ਦੇ ਹੱਥ ਵਿੱਚ ਸਾਰਾ ਕੁਛ। ਸੋ ਬਹੁਤ ਧਿਆਨ ਰੱਖਣ ਦੀ ਲੋੜ ਹੈ ਬੱਚਿਆਂ ਦਾ ਖਾਸ ਤੌਰ ਤੇ। ਬੱਚਿਆਂ ਨੂੰ ਬਿਲਕੁਲ, ਬੱਚੇ ਬਿਲਕੁਲ ਮਜੇ ਆ ਜੀ। ਹਾਂਜੀ, ਆਪਣਾ ਬੱਚਿਆਂ ਦਾ ਧਿਆਨ ਰੱਖੋ ਜੀ। ਜੀ ਚਲੋ, ਬਹੁਤ ਮਿਹਰਬਾਨੀ ਜੀ, ਪ੍ਰੋਗਰਾਮ ਦਾ ਸਮਾਂ ਖਤਮ ਹੈ ਤਕਰੀਬਨ। ਬਹੁਤ ਮਿਹਰਬਾਨੀ ਜੀ, ਬਿਲਕੁਲ ਧਿਆਨ ਰੱਖਣ ਦੀ ਲੋੜ ਹੈ, ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਡੇ ਵੀ ਇੱਕ ਸਕੂਲੇ ਜਦੋਂ ਮੈਂ ਪੜ੍ਹਦਾ ਸੀਗਾ, ਮੇਰੇ ਖਿਆਲ 8ਵੀਂ 'ਚ ਹੋਣਾ, ਉਦੋਂ ਇੱਕ ਕਹਿੰਦੇ ਵੀ ਸਾਬਕਾ ਸਟੂਡੈਂਟ ਆਇਆ ਇੱਕ ਦਿਨ, ਘੋੜੇ ਦੇ ਉੱਪਰ ਰਫਲ ਪਾਈ ਹੋਈ, ਚਿੱਟਾ ਕੁੜਤਾ ਚਾਦਰਾ ਲਾਇਆ, ਤੁਰਲੇ ਵਾਲੀ ਪੱਗ ਬੰਨੀ, ਜੂਣਾ ਮੋੜ ਬਣ ਕੇ ਆਇਆ। ਤਾਂ ਚਲੋ ਉਦੋਂ ਨਹੀਂ ਸੀ ਪਤਾ, ਬਾਅਦ ਦੇ ਵਿੱਚ 2 ਕੁ ਮਹੀਨੇ ਬਾਅਦ ਹੀ ਪਤਾ ਲੱਗਾ ਜੀ, ਉਹ ਤਾਂ ਉਹਨੂੰ ਤਾਂ ਕਿਸੇ ਨੇ ਗੋਲੀ ਮਾਰਤੀ। ਸੋ ਹੋ ਸਕਦਾ ਇੱਦਾਂ ਦਾ ਕੋਈ ਗੱਲਬਾਤ ਕੀ ਹੈ ਕੀ ਨਹੀਂ ਹੈ ਇਹਦੇ ਬਾਰੇ ਕੁਛ ਕਹਿ ਨਹੀਂ ਸਕਦੇ, ਪਰ ਇਹ ਹੈ ਸਾਰਾ ਰੁਝਾਨ ਬਹੁਤ ਮਾੜਾ ਹੈ। ਬਹੁਤ ਧਿਆਨ ਰੱਖੀਏ ਸਾਰੇ ਜਣੇ ਬੱਚਿਆਂ ਦਾ ਖਾਸ ਤੌਰ 'ਤੇ, ਔਰ ਇਹੀ ਹੈ ਕਿ ਬੱਚਿਆਂ ਦਾ ਧਿਆਨ ਇਹੀ ਰੱਖਣਾ ਪਏਗਾ ਕਿ ਉਹਨਾਂ ਦੀ ਸੁਸਾਇਟੀ ਕੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਕਿਹੜੇ ਬੱਚਿਆਂ ਦੇ ਨਾਲ ਸਕੂਲ ਦੇ ਵਿੱਚ ਬੈਠਦਾ, ਅਤੇ ਕਿਹੜੇ ਬੱਚਿਆਂ ਨੂੰ ਉਹ ਛੁੱਟੀ ਤੋਂ ਬਾਅਦ ਮਿਲਦਾ, ਅਤੇ ਕਿਹੜੇ ਬੱਚਿਆਂ ਕੋਲੋਂ ਖੇਡਣ ਜਾਂਦਾ, ਕਿਹੜੇ ਬੱਚਿਆਂ ਦੇ ਨਾਲ ਉਹ ਬਾਹਰ ਅੰਦਰ ਘੁੰਮਣ ਫਿਰਨ ਜਾਂਦਾ, ਇਹ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਗਾ ਜੀ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਮੇਰਾ ਸੈੱਲ ਨੰਬਰ ਤੋਂ ਸਾਰੇ ਕੋਲ ਹੈਗਾ 209-400-5533, ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।